ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ। ਅੱਜ ਅਸੀਂ ਬਹੁਤ ਇੱਕ ਓਪਨ ਡਿਸਕਸ਼ਨ ਰੱਖਾਂਗੇ, ਠੀਕ ਹੈ। ਆਈ ਐਮ ਨੋ ਐਡੂਕੇਟਰ ਕਿ ਮੈਂ ਕੁਛ ਸਿਖਾਵਾਂ, ਸੋ ਅਸੀਂ ਬਹੁਤ ਇੱਕ ਓਪਨ ਡਿਸਕਸ਼ਨ ਰੱਖਾਂਗੇ ਅੱਜ, ਠੀਕ ਹੈ ਜੀ। ਜੇ ਇੱਕ ਅਸੀਂ ਛੋਟੇ ਜਿਹੇ ਐਗਜ਼ਾਮਪਲ ਤੋਂ ਸ਼ੁਰੂ ਕਰੀਏ, ਜੇ ਸਾਡੇ ਕੋਲ ਕੋਈ ਬਹੁਤ ਸਾਰਾ ਭਾਰੀ ਸਮਾਨ ਹੋਵੇ, ਅਸੀਂ ਦੁਕਾਨ ਤੋਂ ਬਹੁਤ ਸਾਰਾ ਰਾਸ਼ਨ ਚੁੱਕਿਆ, ਅਸੀਂ ਘਰ ਤੱਕ ਲੈ ਕੇ ਜਾਣਾ, 5, 6, 7 ਕਿਲੋ ਅਸੀਂ ਹੱਥਾਂ ਚੁੱਕਿਆ ਹੋਇਆ, ਕਿ ਜਾਂ ਫਿਰ ਅਸੀਂ ਘਰ 'ਚ ਕਦੀ ਐਡਜਸਟਮੈਂਟ ਕਰੀ ਦੀ ਹੈ, ਸੈਟਿੰਗ ਚੇਂਜ ਕਰੀ ਦੀ ਹੈ, ਬੈੱਡ ਚੁੱਕਣਾ ਹੋਏ, ਸੋਫਾ ਚੁੱਕਣਾ ਹੋਏ, ਕੀ ਅਸੀਂ ਉਹ 1-2 ਕਿਲੋਮੀਟਰ ਤੱਕ ਇੰਨਾ ਭਾਰੀ ਸਮਾਨ ਰਾਸ਼ਨ ਘਰ ਤੱਕ ਚੁੱਕ ਕੇ ਇੱਕ ਵਾਰੀ 'ਚ ਲਿਆ ਸਕਦੇ ਹਾਂ? ਕੀ ਕਰੀਦਾ ਅਸੀਂ? ਹੈਲਪ ਲਈ ਦੀ ਹੈ, ਹੋਰ ਕੀ ਕਰੀਦਾ? ਮੈਨੂੰ ਹੈਲਪ ਨਹੀਂ ਮਿਲੀ, ਰੁਕ ਰੁਕ ਕੇ ਚੇਂਜ ਕਰ ਕਰਕੇ, ਹੈ ਨਾ, ਡਿਵਾਈਡ ਕਰਕੇ ਰਿਕਸ਼ਾ ਬੁੱਕ ਕਰ ਲਈਦਾ, ਹੈਲਪ ਲੈ ਲਈਦੀ ਹੈ। ਬੇਸਿਕਲੀ ਅਸੀਂ ਇੱਕੋ ਵਾਰ ਸਭ ਕੁਝ ਚੁੱਕ ਕੇ ਨਹੀਂ ਲੈ ਕੇ ਜਾਈਦਾ, ਵਿੱਚੋਂ ਆਪਣਾ ਵੀ ਧਿਆਨ ਰੱਖੀਦਾ ਕਿ ਨਹੀਂ ਚੁੱਕਿਆ ਜਾ ਰਿਹਾ, ਹੈ ਨਾ, ਬ੍ਰੇਕ ਲੈ ਲਈਦੀ ਹੈ ਅਸੀਂ ਜਾਂ ਹੈਲਪ ਲੈ ਲਈਦੀ ਹੈ। ਅਸੀਂ ਬਸ ਇਸ ਐਗਜ਼ਾਮਪਲ ਨੂੰ ਧਿਆਨ ਵਿੱਚ ਰੱਖਾਂਗੇ ਅਤੇ ਅੱਗੇ ਆਪਣਾ ਟੌਪਿਕ ਸ਼ੁਰੂ ਕਰਾਂਗੇ, ਠੀਕ ਹੈ ਜੀ। ਠੀਕ ਹੈ ਜੀ। ਸੋ ਅਸੀਂ ਨਾ ਹੁਣ ਉਹਨਾਂ ਲੋਕਾਂ ਦੇ ਨਾਮ ਲਵਾਂਗੇ ਜਾਂ ਉਹਨਾਂ ਚੀਜ਼ਾਂ ਦੇ ਨਾਮ ਲਵਾਂਗੇ ਜਿਨ੍ਹਾਂ ਦੀ ਅਸੀਂ ਬਹੁਤ ਕੇਅਰ ਕਰਦੇ ਹਾਂ। ਅਸੀਂ ਕਿਹਦੀ ਕਿਹਦੀ ਕੇਅਰ ਕਰਦੇ ਹਾਂ? ਕੋਈ ਵੀ ਜਵਾਬ ਦੇ ਦੇ ਪਲੀਜ਼। ਗੋਲਡ, ਮਨੀ, ਬਿਲਕੁਲ ਠੀਕ। ਬੱਚਿਆਂ ਦੀ, ਵੈਰੀ ਨਾਈਸ। ਮੋਬਾਈਲ ਦੀ, ਗੁੱਡ। ਪੇਰੈਂਟਸ ਦੀ, ਪੂਰੀ ਫੈਮਿਲੀ ਦੀ, ਠੀਕ ਹੈ। ਬਹੁਤ ਬਹੁਤ ਪਿਆਰਾ ਆਂਸਰ, ਆਪਣਾ ਆਪ ਛੱਡ ਕੇ ਬਾਕੀ ਸਾਰਿਆਂ ਦੀ। ਚਾਹੀਦੀ ਹੈ ਬਟ ਕਰੀਦੀ ਹੈ ਕਦੀ ਕਦੀ। ਸੋ ਅਸੀਂ ਆਪਣੀ ਫੈਮਿਲੀ ਦੀ ਕੇਅਰ ਕਰਦੇ ਹਾਂ, ਬੱਚਿਆਂ ਦੀ ਕੇਅਰ, ਪੇਰੈਂਟਸ ਦੀ ਕੇਅਰ, ਸਾਡਾ ਜੋ ਵੀ ਲਵਡ ਵਨ ਹੈ ਜਿਹਨੂੰ ਅਸੀਂ ਪਿਆਰ ਕਰਦੇ ਹਾਂ, ਜਾਂ ਕੁਝ ਚੀਜ਼ਾਂ ਦੀ, ਸਾਡਾ ਫੋਨ, ਮਨੀ ਨੈਚੁਰਲੀ, ਹੈ ਨਾ, ਕਿਧਰੇ ਜਾ ਰਹੇ ਹਾਂ ਤਾਂ ਬੈਗ ਦਾ ਕਿੰਨਾ ਖਿਆਲ ਰੱਖਦੇ ਹਾਂ, ਹਰ ਚੀਜ਼ ਦਾ ਖਿਆਲ ਰੱਖਦੇ ਹਾਂ। ਜਦ ਅਸੀਂ ਸਭ ਦਾ ਖਿਆਲ ਰੱਖ ਰਹੇ ਹਾਂ, ਸਾਡਾ ਖਿਆਲ ਕੌਣ ਰੱਖੇਗਾ? ਅਗਰ ਵਾਹਿਗੁਰੂ ਜੀ ਸਾਡਾ ਖਿਆਲ ਰੱਖ ਰਹੇ ਨੇ ਤਾਂ ਬਾਕੀਆਂ ਦਾ ਨਹੀਂ ਰੱਖਣਗੇ, ਅਸੀਂ ਬਾਕੀਆਂ ਦਾ ਕਿਉਂ ਰੱਖ ਰਹੇ ਹਾਂ ਫਿਰ? ਡਬਲ ਸਟੈਂਡਰਡਸ, ਹਾਂ, ਅਨਨੈਸੈਸਰੀ ਬਰਡਨ, ਠੀਕ ਹੈ ਜੀ, ਬਿਲਕੁਲ ਬਿਲਕੁਲ। ਇਹ ਵੀ ਐਕਸਪੈਕਟੇਸ਼ਨ ਹੁੰਦੀ ਹੈ ਨਾ, ਅਸੀਂ ਤੁਹਾਡਾ ਖਿਆਲ ਰੱਖਿਆ, ਤੁਸੀਂ ਸਾਡਾ ਰੱਖੋ, ਮੈਂ ਆਪਣਾ ਨਹੀਂ ਰੱਖਣਾ, ਮੈਂ ਤੁਹਾਡਾ ਰੱਖ ਰਹੀ, ਤੁਸੀਂ ਮੇਰਾ ਰੱਖੋ ਨਾ। ਸੋ ਸਾਡੀਆਂ ਐਕਸਪੈਕਟੇਸ਼ਨਸ ਵੀ ਬਿਲਡ ਹੁੰਦੀਆਂ ਨੇ ਕਿ ਅਸੀਂ ਜਿਹਦਾ ਖਿਆਲ ਰੱਖ ਰਹੇ ਹਾਂ ਉਹ ਸਾਡਾ ਖਿਆਲ ਰੱਖਣ, ਨੂੰ ਕਾਇੰਡ ਆਫ ਅ ਬਾਟਰ ਸਿਸਟਮ। ਹੁਣ ਫੋਰ ਐਗਜ਼ਾਮਪਲ, ਅਸੀਂ ਕਦੀ ਇਹ ਕਹਿੰਦੇ ਹਾਂ
ਕਿ ਮੈਂ ਤੁਹਾਡਾ ਖਾਣਾ ਖਾ ਲੈਂਦੀ ਹਾਂ, ਤੁਸੀਂ ਮੇਰਾ ਖਾ ਲਓ ਪਲੀਜ਼। ਹੋ ਸਕਦਾ, ਕਦੀ ਕਦੀ ਹੁੰਦਾ, ਪਰ ਉਹ ਜਦੋਂ ਸਾਡੇ ਅੰਦਰ ਗਿਆ ਉਹ ਅਸੀਂ ਖਾਧਾ ਕਿ ਉਹਨਾਂ ਲਈ ਉਹਨਾਂ ਦੇ ਪੇਟ 'ਚ ਗਿਆ। ਇਸ ਤਰ੍ਹਾਂ ਹੋ ਸਕਦਾ ਖਾਈਏ ਅਸੀਂ ਪੇਟ 'ਚ ਉਹਨਾਂ ਦੇ ਜਾਏ। ਹਰ ਪਾਸੇ ਸਿਰਫ ਇੱਕੋ ਚੀਜ਼ ਹੈ ਜੋ ਅਸੀਂ ਦੂਜਿਆਂ ਲਈ ਕਰਦੇ ਹਾਂ ਅਤੇ ਐਕਸਪੈਕਟ ਕਰਦੇ ਹਾਂ ਉਹ ਸਾਡੇ ਲਈ ਕਰਨ, ਕੇਅਰ। ਖਾਣਾ ਆਪਣਾ ਖਾਈਦਾ, ਬਾਕੀ ਸਾਰੇ ਕੰਮ ਆਪਣੇ ਕਰੀਦੇ ਨੇ, ਪੜ੍ਹਾਈ ਆਪਣੀ ਕਰੀਦੀ ਹੈ, ਪੜ੍ਹਾਈ 'ਚ ਐਗਜ਼ਾਮ ਦੇ 'ਚ ਪ੍ਰੋਕਸੀ ਲਗਾਈ ਦੀ ਹੈ, ਮੇਰਾ ਐਗਜ਼ਾਮ ਮੰਮਾ ਪਾਪਾ ਤੁਸੀਂ ਦਿਓ। ਹੋ ਸਕਦਾ ਨਹੀਂ, ਪੇਰੈਂਟਸ ਆਲ ਤੋਂ ਕਈ ਚਾਹੁੰਦੇ ਨੇ ਕਿ ਅਸੀਂ ਬੱਚਿਆਂ ਦਾ ਐਗਜ਼ਾਮ ਵੀ ਦੇ ਦਈਏ, ਬੱਚਿਆਂ ਨੂੰ ਰੈਸਟ ਹੋ ਜਾਏ, ਬਟ ਕੀ ਉਹ ਪੋਸੀਬਲ ਹੈ? ਨਹੀਂ। ਸਿਰਫ ਇੱਕੋ ਚੀਜ਼ ਹੈ ਜੋ ਅਸੀਂ ਆਪਣੀ ਨਹੀਂ ਕਰਦੇ ਔਰ ਦੂਜਿਆਂ ਦੀ ਕਰਦੇ ਹਾਂ, ਐਕਸਪੈਕਟ ਕਰਦੇ ਹਾਂ ਦੂਜੇ ਸਾਡੀ ਕਰਨ, ਅਸੀਂ ਤਾਂ ਆਪਣੀ ਨਹੀਂ ਕਰਨੀ। ਕੇਅਰ, ਸੈਲਫ ਰਿਲੇਸ਼ਨ, ਯੈਸ ਸੈਲਫ। ਅਸੀਂ ਆਪਣੇ ਆਪ ਨਾਲ ਰਿਸ਼ਤਾ ਨਹੀਂ ਬਣਾਉਂਦੇ, ਬਾਕੀਆਂ ਨਾਲ ਰਿਸ਼ਤੇ ਬਹੁਤ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਰਾਈਟ। ਹੁਣ ਮਹਾਰਾਜ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ। ਦ ਵੈਰੀ ਕੁਐਸਚਨ ਕਿ ਅਸੀਂ ਸੈਲਫ ਕੇਅਰ, ਆਪਣਾ ਖਿਆਲ ਰੱਖਣਾ ਹੀ ਕਿਉਂ ਹੈ, ਕਿਉਂ ਰੱਖਣਾ? ਵੈਰੀ ਗੁੱਡ, ਬਿਲਕੁਲ ਠੀਕ, ਬਿਲਕੁਲ ਬਿਲਕੁਲ। ਸੋ ਅਸੀਂ ਆਪਣਾ ਖਿਆਲ ਰੱਖਣਾ ਹੀ ਕਿਉਂ ਹੈ? ਸਾਡੇ ਮਨ 'ਚ ਬਹੁਤ ਬਹੁਤ ਸਾਰੇ ਸਵਾਲ ਆਉਂਦੇ ਨੇ ਕਿ ਨਹੀਂ ਮੈਂ ਆਪਣਾ ਖਿਆਲ ਨਹੀਂ ਰੱਖਣਾ। ਉਹ ਸਾਨੂੰ ਸਿਖਾਇਆ ਵੀ ਆਈ ਜਾਂਦਾ ਬਚਪਨ ਤੋਂ, ਸਾਰਿਆਂ ਦਾ ਖਿਆਲ ਰੱਖੋ। ਕਦੀ ਕਿਸੇ ਨੇ ਸਿਖਾਇਆ ਬੇਟਾ ਆਪਣਾ ਵੀ ਖਿਆਲ ਰੱਖਣਾ? ਕਿਹਾ ਤਾਂ ਹੈ ਪਰ ਅਸੀਂ ਦੇਖਿਆ ਵੀ ਨਹੀਂ ਨਾ ਹੁੰਦਿਆਂ। ਸਾਡੇ ਪੇਰੈਂਟਸ ਨੇ ਵੀ ਨਹੀਂ ਕੀਤਾ, ਸਿੱਧੀ ਜਿਹੀ ਗੱਲ ਹੈ, ਉਹਨਾਂ ਨੇ ਵੀ ਆਪਣਾ ਖਿਆਲ ਤਾਂ ਨਹੀਂ ਰੱਖਿਆ। ਐਗਜੈਕਟਲੀ, ਕਿਉਂਕਿ ਸੈਲਫ ਕੇਅਰ ਕੀ ਸਮਝਿਆ ਜਾਂਦਾ ਹੈ? ਸੈਲਫ ਕੇਅਰ ਇਜ਼ ਇਕੁਅਲ ਟੂ ਬੀਂਗ ਸੈਲਫਿਸ਼। ਤੁਸੀਂ ਸੈਲਫਿਸ਼ ਹੋ ਰਹੇ ਹੋ ਕਿ ਆਪਣਾ ਤੁਸੀਂ ਸੋਚ ਲਿਆ, ਬੜੀ ਮਾੜੀ ਆਪਣੇ ਬਾਰੇ ਸੋਚ ਰਹੇ ਹੋ, ਬਹੁਤ ਸੈਲਫਿਸ਼ ਸੋਚ ਹੈ, ਬਾਕੀ ਸਭ ਦਾ ਸੋਚਣਾ ਚਾਹੀਦਾ ਹੈ ਨਾ। ਹਾਊਐਵਰ, ਮਹਾਰਾਜ ਨੇ ਬਾਣੀ 'ਚ ਕੀ ਕਹਿਤਾ ਸਾਨੂੰ ਕਿ ਮੈਂ, ਦੈਟ ਇਜ਼ ਵਾਹਿਗੁਰੂ ਜੀ ਨੇ ਸਾਨੂੰ ਮਿਲਣਾ ਹੀ ਕਿਵੇਂ ਹੈ? ਕਿਵੇਂ ਮਿਲਣਾ? ਆਪ ਸਵਾਰੇ ਮੈਂ ਮਿਲੇ। ਮਹਾਰਾਜ ਨੇ ਨਹੀਂ ਕਿਹਾ ਸਾਰਿਆਂ ਨੂੰ ਸਵਾਰ ਦੋ ਤਾਂ ਮੈਂ ਮਿਲ ਜਾਵਾਂਗਾ। ਆਪ ਸਵਾਰੇ ਮੈਂ ਮਿਲੇ, ਅਤੇ ਜਦ ਮੈਂ ਮਿਲ ਗਿਆ, ਮੈਂ ਮਿਲਿਆ, ਸੁੱਖ ਹੋਏ। ਸੁੱਖ ਤਾਂ ਸਾਰੇ ਚਾਹੁੰਦੇ ਹਾਂ, ਕੋਈ ਐਸਾ ਚੁੱਛ ਰਹਿੰਦਾ ਕਿ ਨਹੀਂ ਮੈਨੂੰ ਸੁੱਖ ਨਹੀਂ ਚਾਹੀਦਾ ਜ਼ਿੰਦਗੀ 'ਚ? ਕਦੀ ਕਦੀ ਹੁੰਦਾ, ਹੋਣਾ ਚਾਹੀਦਾ। ਉਹ ਇਸ ਵਾਸਤੇ ਕਿ ਦੁੱਖ ਹੋਏਗਾ ਤਾਂ ਮਹਾਰਾਜ ਨੂੰ ਯਾਦ ਕਰ ਲਾਂਗੇ, ਸੁੱਖ 'ਚ ਨਹੀਂ ਕਰਨਾ। ਬਟ ਅਲਟੀਮੇਟਲੀ ਅਸੀਂ ਜੇ ਇੱਕ ਸਿੱਖੀ ਵਜੋਂ ਗੱਲ ਕਰੀਏ ਤਾਂ ਵੋਟ ਇਜ਼ ਦੀ ਅਲਟੀਮੇਟ ਏਮ ਆਫ ਲਾਈਫ? ਇਹ ਮਨੁੱਖੀ ਦੇਹੀ ਦਾ, ਮਨੁੱਖੀ ਜੀਵਨ ਦਾ ਕੀ ਏਮ ਹੈ?
ਤੂੰ ਆਇਆ ਲਾਹਾ ਲੈਣ, ਨਾਮ ਜਪਣਾ, ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ, ਜੀਓ ਔਰ ਜੀਨੇ ਦੋ, ਪਰਫੈਕਟ, ਸਾਧ ਸੰਗਤ ਨਾਲ ਜੁੜਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਰਾਈਟ ਰਾਈਟ। ਮਹਾਰਾਜ ਨੇ ਕੀ ਕਿਹਾ, ਲੱਖ 84 ਜੋਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ। ਹੁਣ ਜੇ ਮਨੁੱਖੀ ਜੀਵਨ ਨੂੰ ਇਹ ਵਡਿਆਈ ਮਿਲੀ ਹੈ, ਕਿਸ ਵਾਸਤੇ ਮਿਲੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਮਿਲ ਸਾਧ ਸੰਗਤ ਭਜ ਕੇਵਲ ਨਾ। ਕਿਧਰੇ ਵੀ ਬਾਣੀ 'ਚ ਅਸੀਂ ਕਿਧਰੇ ਵੀ ਪੜ੍ਹੀਏ, ਮਹਾਰਾਜ ਨੇ ਜੀਵਨ ਦਾ ਉਦੇਸ਼, ਮਹਾਰਾਜ ਨੇ ਜੀਵਨ ਦਾ ਏਮ ਇਹ ਦੱਸਿਆ ਕਿ ਸਾਰਿਆਂ ਦਾ ਖਿਆਲ ਰੱਖੋ ਬਸ। ਅਵਰ ਕਾਜ ਮਿਲ ਸਾਧ ਸੰਗਤ ਭਜ ਕੇਵਲ ਨਾ। ਹੁਣ ਨਾਮ ਕੀ ਅਸੀਂ ਦੂਸਰੇ ਵਾਸਤੇ ਜਪਦੇ ਹਾਂ, ਆਪਣੇ ਵਾਸਤੇ, ਐਂਡ ਸਟਿਲ ਅਸੀਂ ਕਹਿੰਦੇ ਹਾਂ ਸੈਲਫ ਕੇਅਰ ਇਜ਼ ਸੈਲਫਿਸ਼। ਮਹਾਰਾਜ ਤਾਂ ਜੀਵਨ ਹੀ ਇਸ ਵਾਸਤੇ ਦਿੱਤਾ, ਕੇਅਰ ਫੋਰ ਯੋਰ ਸੈਲਫ, ਦੂਸਰਿਆਂ ਵਾਸਤੇ ਵੀ ਜਪਦੇ ਹਾਂ, ਬਿਲਕੁਲ। ਕੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਆਪਣੇ ਵਾਸਤੇ ਬਿਲਕੁਲ ਨਾ ਜਪੀਏ, ਸਿਰਫ ਦੂਸਰਿਆਂ ਵਾਸਤੇ ਜਪਦੇ ਰਹੀਏ? ਐਗਜੈਕਟਲੀ ਦ ਪੁਆਇੰਟ, ਅਸੀਂ ਦੂਸਰਿਆਂ ਵਾਸਤੇ ਕਰ ਹੀ ਤਾਂ ਸਕਦੇ ਹਾਂ ਜੇ ਆਪਣੇ ਵਾਸਤੇ ਕੁਛ ਕਰਾਂਗੇ। ਇੱਕ ਐਗਜ਼ਾਮਪਲ ਲੈਂਦੇ ਹਾਂ, ਮੇਰੇ ਕੋਲ ਇੱਥੇ ਇੱਕ ਗਲਾਸ ਪਿਆ ਹੋਇਆ, ਛੋਟੂ ਜਿਹਾ ਗਲਾਸ, ਅਤੇ ਇੱਕ ਵੱਡਾ ਜਿਹਾ ਜੱਗ ਪਿਆ ਹੋਇਆ। ਜੇ ਮੈਂ ਉਸ ਗਲਾਸ ਵਿੱਚੋਂ ਉਸ ਜੱਗ ਨੂੰ ਭਰਨਾ, ਕੀ ਪ੍ਰੋਸੈਸ ਰਹੇਗਾ? ਬਾਰ ਬਾਰ ਪਾਣੀ ਪਾ ਕੇ ਭਰਨਾ ਪਏਗਾ, ਹੋਰ ਕੋਈ ਆਪਸ਼ਨ? ਜੇ ਮੈਂ ਉਸ ਛੋਟੇ ਜਿਹੇ ਗਲਾਸ 'ਚ ਉਸ ਵੱਡੇ ਜੱਗ ਨੂੰ ਭਰਨਾ, ਮੈਂ ਕਿਵੇਂ ਭਰਾਂਗੀ? ਜੱਗ ਨਹੀਂ ਹਿੱਲ ਸਕਦਾ ਨਾ, ਅਸੀਂ ਗਲਾਸ ਤੋਂ ਹੀ ਭਰਨਾ ਜੱਗ ਨੂੰ, ਬਾਰ ਬਾਰ ਬਾਲਟੀ ਭਰ ਕੇ ਲਿਆਉਣੀ ਪਏਗੀ, ਪਰ ਭਰਨਾ ਮੈਂ ਗਲਾਸ 'ਚੋਂ ਹੀ ਹੈ, ਕੀ ਕਰਾਂਗੇ? ਨਾਲ ਨਾਲ ਪਾਉਂਦੇ ਜਾਵਾਂਗੇ, ਹੈ ਨਾ? ਮਤਲਬ ਗਲਾਸ ਨੂੰ ਪਹਿਲੇ ਭਰਿਆ, ਖਾਲੀ ਕੀਤਾ, ਫਿਰ ਭਰਿਆ। ਕੀ ਪੋਸੀਬਲ ਹੈ ਕਿ ਮੈਂ ਗਲਾਸ ਨੂੰ ਨਾ ਭਰਾਂ? ਇੱਕ ਵਾਰ ਖਾਲੀ ਹੋ ਗਿਆ, ਹੁਣ ਮੈਂ ਕੀ ਕਰਾਂ ਉਹਦਾ? ਉਹਨੂੰ ਮੈਂ ਨਾ ਭਰਾਂ, ਮੈਂ ਚਾਹਾਂ ਕਿ ਜੱਗ 'ਚ ਪਾਣੀ ਆਉਂਦਾ ਰਹੇ ਉਸੇ ਗਲਾਸ 'ਚੋਂ, ਹੋ ਸਕਦਾ ਇੱਦਾਂ? ਕੀ ਕਰਨਾ ਪਏਗਾ ਮੈਨੂੰ? ਪਾਣੀ ਭਰਨਾ ਪਏਗਾ ਗਲਾਸ 'ਚ। ਜੇ ਗਲਾਸ ਪੂਰਾ ਭਰਿਆ ਹੋਏਗਾ, ਤਾਂ ਹੀ ਉਹ ਪਾਣੀ ਅਸੀਂ ਕਿਧਰੇ ਹੋਰ ਪਾ ਸਕਦੇ ਹਾਂ। ਹੁਣ ਉਹ ਜੱਗ, ਉਹ ਐਕਚੁਅਲ ਜੱਗ ਹੈ ਪੂਰਾ, ਅਤੇ ਉਹ ਗਲਾਸ ਅਸੀਂ, ਅਸੀਂ ਤਾਂ ਹੀ ਦੇ ਸਕਦੇ ਹਾਂ ਜਦੋਂ ਆਪ ਭਰੇ ਹੋਵਾਂਗੇ। ਜੇ ਆਪ ਹੀ ਨਹੀਂ ਭਰੇ, ਦੂਸਰਿਆਂ ਨੂੰ ਕੁਛ ਦੇ ਸਕਾਂਗੇ? ਸੋ ਯੂ ਕੈਨ ਨੋਟ ਐਵਰ ਪੋਰ ਫਰੋਮ ਐਨ ਐਮਪਟੀ ਕੱਪ। ਅਸੀਂ ਖਾਲੀ ਗਲਾਸ 'ਚੋਂ ਕਦੀ ਵੀ ਕੁਛ ਨਹੀਂ ਦੇ ਸਕਦੇ, ਕੁਛ ਨਹੀਂ ਪਾ ਸਕਦੇ। ਸਭ ਤੋਂ ਜ਼ਰੂਰੀ ਦੇਅਰਫੋਰ ਕੀ ਹੋਇਆ? ਪਹਿਲੇ ਆਪ ਨੂੰ ਭਰਨਾ। ਹੁਣ ਇਸ ਤੋਂ ਬਾਅਦ ਇਹ ਕੁਐਸਚਨ ਬਹੁਤ ਬਹੁਤ ਕੋਮਨ ਹੈ, ਜੋ ਸਾਰਿਆਂ ਨੇ ਹੁਣ ਅਸੀਂ ਗੱਲ ਕੀਤੀ, ਸੈਲਫ ਕੇਅਰ ਤੇ ਸੈਲਫਿਸ਼ ਹੈ।
ਸਿੱਖੀ ਵਿੱਚ ਤਾਂ ਸੈਲਫ ਕੇਅਰ ਦੀ ਗੱਲ ਹੀ ਨਹੀਂ ਹੈ, ਸਿੱਖੀ 'ਚ ਤਾਂ ਸਿਰਫ ਦੇਣਾ ਦੱਸਿਆ ਗਿਆ। ਮੈਨੂੰ ਇੱਕ ਵਾਰ ਇੱਕ ਵੀਰ ਜੀ ਦੀ ਕਾਲ ਆਈ ਅਤੇ ਉਹ ਕਹਿੰਦੇ ਕਿ ਭੈਣ ਜੀ ਅੱਜ ਕੱਲ੍ਹ ਸੈਲਫ ਲਵ ਸੈਲਫ ਕੇਅਰ ਕੀ ਚੱਲ ਪਿਆ, ਜਬ ਸਿੱਖੀ 'ਚ ਨੇ ਕਦੀ ਇਹ ਗੱਲ ਹੀ ਨਹੀਂ ਹੋਈ। ਸਿੱਖੀ ਨੇ ਤਾਂ ਹਮੇਸ਼ਾ ਆਪਣਾ ਆਪ ਵਾਰਨਾ ਸਿਖਾਇਆ, ਸਾਰਿਆਂ ਦੀ ਕੇਅਰ ਕਰਨੀ ਸਿਖਾਈ ਹੈ, ਅਤੇ ਕੀ ਸੈਲਫ ਲਵ ਸੈਲਫ ਕੇਅਰ? ਅੱਜ ਕੱਲ੍ਹ ਸਿੱਖ ਵੀ ਇਹਦੇ 'ਚ ਬਹੁਤ ਫਸ ਗਏ ਨੇ, ਵੋਟ ਇਜ਼ ਦਿਸ? ਬਟ ਜੇ ਅਸੀਂ ਇੱਕ ਵਾਰ ਸਿੱਖੀ ਵੱਲ ਝਾਂਤ ਮਾਰੀਏ ਤਾਂ ਇੱਕ ਵੀ ਆਸਪੈਕਟ ਸਿੱਖੀ ਦਾ ਐਸਾ ਨਹੀਂ ਹੈ ਜਿੱਥੇ ਸੈਲਫ ਕੇਅਰ ਸਾਨੂੰ ਨਾ ਸਿਖਾਈ ਗਈ ਹੋਵੇ। ਕੁਛ ਇਮੇਜਸ ਹੈਗੀਆਂ ਸੀ ਜੋ ਸਾਰਿਆਂ ਨੂੰ ਦਿਖਾਉਣੀਆਂ ਨੇ, ਬਟ ਉਹ ਫਿਰ ਹਾਲ ਲੈਪਟੋਪ ਕਨੈਕਟ ਨਹੀਂ ਹੋ ਰਿਹਾ, ਜਿਵੇਂ ਕਨੈਕਟ ਹੁੰਦੇ ਅਸੀਂ ਫਿਰ ਉੱਥੇ ਵਾਪਸੀ ਜਾਂਦੇ ਹਾਂ। ਪਰ ਲੈਟ ਸੀ ਕਿ ਸੈਲਫ ਕੇਅਰ ਐਕਚੁਅਲੀ ਹੈ ਕੀ। ਜੇ ਅਸੀਂ ਸੈਲਫ ਕੇਅਰ ਦੀ ਡੈਫੀਨੇਸ਼ਨ ਦੇਖੀਏ, ਠੀਕ ਹੈ, ਅਤੇ ਉਹ ਸਾਡੀ ਇੱਕ ਯੋਗਤਾ ਹੈ, ਸਾਡੀ ਇੱਕ ਅਬਿਲਿਟੀ ਹੈ, ਕਿਸ ਚੀਜ਼ ਦੀ? ਸੈਲਫ ਅਵੇਅਰਨੈਸ ਦੀ, ਸੈਲਫ ਕੰਟਰੋਲ ਦੀ ਅਤੇ ਸੈਲਫ ਰਿਲਾਇੰਸ ਦੀ। ਮਤਲਬ ਕਿ ਸਾਨੂੰ ਆਪਣੇ ਬਾਰੇ ਪਤਾ ਹੋਵੇ, ਸੈਲਫ ਅਵੇਅਰਨੈਸ, ਸੈਲਫ ਕੰਟਰੋਲ, ਸਾਨੂੰ ਪਤਾ ਹੈ ਅਸੀਂ ਕੌਣ ਹਾਂ, ਕੀ ਮਹਿਸੂਸ ਕਰਦੇ ਹਾਂ, ਕੀ ਸੋਚਦੇ ਹਾਂ, ਅਤੇ ਉਹਦੇ ਹਿਸਾਬ ਨਾਲ ਜਿੱਥੇ ਲੋੜ ਪਏ ਅਸੀਂ ਆਪਣੇ ਆਪ 'ਤੇ ਕੰਟਰੋਲ ਰੱਖ ਸਕੀਏ। ਅਤੇ ਸੈਲਫ ਰਿਲਾਇੰਸ, ਅਸੀਂ ਆਪਣੇ ਆਪ 'ਤੇ ਨਿਰਭਰ ਹੋ ਸਕੀਏ, ਸਵੈ ਨਿਰਭਰ ਅਸੀਂ ਹੋ ਸਕੀਏ। ਸਾਡੀ ਸੈਲਫ ਕੇਅਰ ਇਹਨਾਂ ਤਿੰਨਾਂ ਚੀਜ਼ਾਂ ਦੀ ਅਬਿਲਿਟੀ ਹੈ, ਯੋਗਤਾ ਹੈ। ਕਿਉਂ? ਕੀ ਅਚੀਵ ਕਰਨ ਵਾਸਤੇ, ਕੀ ਪਾਉਣ ਵਾਸਤੇ? ਆਪਟੀਮਲ ਲੈਵਲ ਆਫ ਮੈਂਟਲ, ਫਿਜ਼ੀਕਲ ਐਂਡ ਸਪਿਰਿਚੁਅਲ ਹੈਲਥ, ਸਾਡੀ ਇੱਕ ਸਰਵੋਤਮ ਹੈਲਥ ਵਾਸਤੇ ਇਹ ਇੱਕ ਅਬਿਲਿਟੀ ਹੈ। ਠੀਕ ਹੈ ਜੀ,
ਇਹ ਇੱਕ ਬੇਸਿਕ ਡੈਫੀਨੇਸ਼ਨ ਹੈ ਸਾਨੂੰ ਕੀ ਤਿੰਨ ਚੀਜ਼ਾਂ ਚਾਹੀਦੀਆਂ ਨੇ, ਕਿਹੜੀਆਂ ਤਿੰਨ ਅਬਿਲਿਟੀਜ਼ ਚਾਹੀਦੀਆਂ ਨੇ। ਸੈਲਫ ਅਵੇਅਰਨੈਸ, ਆਪਣੇ ਬਾਰੇ ਪਤਾ ਹੋਵੇ। ਸੈਲਫ ਕੰਟਰੋਲ, ਆਪਣੇ ਉੱਪਰ ਕੰਟਰੋਲ ਕਰਨ ਦੀ ਸਮਝ ਹੋਵੇ। ਸੈਲਫ ਰਿਲਾਇੰਸ, ਸਵੈ ਨਿਰਭਰ ਅਸੀਂ ਹੋਈਏ। ਠੀਕ ਹੈ ਜੀ। ਹੁਣ ਜਦੋਂ ਅਸੀਂ ਇਹ ਸਭ ਅਚੀਵ ਕਰਨਾ ਹੈ, ਓਕੇ, ਸੈਵਨ ਅਸੀਂ ਦੇਰ ਆਰ ਸਰਟਨ ਆਸਪੈਕਟਸ ਆਫ ਸੈਲਫ ਕੇਅਰ, ਡਿਫਰੈਂਟ ਟਾਈਪਸ ਆਫ ਸੈਲਫ ਕੇਅਰ ਹੁੰਦੇ ਨੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਹੈ ਪਰਸਨਲ ਸੈਲਫ ਕੇਅਰ, ਆਪਣਾ ਆਪਣੀ ਕੇਅਰ। ਦੂਜਾ ਹੈ ਪ੍ਰੋਫੈਸ਼ਨਲ ਸੈਲਫ ਕੇਅਰ, ਫਿਜ਼ੀਕਲ ਸੈਲਫ ਕੇਅਰ, ਸਾਈਕੋਲੋਜੀਕਲ ਸੈਲਫ ਕੇਅਰ, ਇਮੋਸ਼ਨਲ ਸੈਲਫ ਕੇਅਰ ਅਤੇ ਸਪਿਰਿਚੁਅਲ ਸੈਲਫ ਕੇਅਰ। ਇਹ ਛੇ ਤਰੀਕੇ ਦੀਆਂ ਸੈਲਫ ਕੇਅਰ ਬੜੇ ਸਾਰੇ ਰਿਸਰਚਰਸ ਨੇ ਮਿਲ ਕੇ ਡਿਸਾਈਡ ਕੀਤਾ ਕਿ ਇਹ ਛੇ ਬੇਸਿਕ ਸੈਲਫ ਕੇਅਰ ਹੈਗੀ ਆ। ਹਾਂਜੀ, ਹਾਂਜੀ, ਪਰਸਨਲ ਸੈਲਫ ਕੇਅਰ, ਆਪਣਾ ਆਪਣੀ ਕੇਅਰ ਕਰਨਾ ਇੱਕ ਪਰਸਨਲ ਲੈਵਲ 'ਤੇ। ਪ੍ਰੋਫੈਸ਼ਨਲ ਸੈਲਫ ਕੇਅਰ, ਆਪਣੇ ਕੰਮਕਾਰ ਦਾ ਖਿਆਲ ਰੱਖ ਪਾਉਣਾ, ਕੰਮ ਨੂੰ ਆਪਣੀ ਜ਼ਿੰਦਗੀ 'ਤੇ ਹਾਵੀ ਨਾ ਹੋਣ ਦੇਣਾ। ਫਿਜ਼ੀਕਲ ਸੈਲਫ ਕੇਅਰ, ਆਪਣੇ ਸਰੀਰ ਦਾ ਖਿਆਲ ਰੱਖ ਪਾਉਣਾ। ਸਾਈਕੋਲੋਜੀਕਲ ਸੈਲਫ ਕੇਅਰ, ਆਪਣਾ ਮਾਨਸਿਕ ਖਿਆਲ ਰੱਖ ਪਾਉਣਾ। ਇਮੋਸ਼ਨਲ ਸੈਲਫ ਕੇਅਰ, ਆਪਣੇ ਇਮੋਸ਼ਨਸ ਦਾ ਖਿਆਲ ਰੱਖ ਪਾਉਣਾ, ਆਪਣੀਆਂ ਭਾਵਨਾਵਾਂ ਦਾ ਖਿਆਲ ਰੱਖ ਪਾਉਣਾ। ਅਤੇ ਆਖਰੀ ਸਪਿਰਿਚੁਅਲ ਸੈਲਫ ਕੇਅਰ, ਅਧਿਆਤਮਕ ਖਿਆਲ ਰੱਖ ਪਾਉਣਾ। ਇਹ ਸਿਕਸ ਟਾਈਪਸ ਦੀਆਂ, ਛੇ ਤਰੀਕੇ ਦੀ ਬੇਸਿਕ ਸੈਲਫ ਕੇਅਰ ਮੰਨੀਆਂ ਗਈਆਂ ਨੇ। ਹੁਣ ਅਸੀਂ ਦੇਖਦੇ ਹਾਂ ਕਿ ਸਿੱਖੀ ਵਿੱਚ ਸੈਲਫ ਕੇਅਰ ਦੀ ਗੱਲ ਹੈ ਜਾਂ ਨਹੀਂ। ਅਸੀਂ ਹਰ ਇੱਕ ਐਗਜ਼ਾਮ, ਹਰ ਇੱਕ ਸੈੱਟ ਆਫ ਸੈਲਫ ਕੇਅਰ ਲੈ ਕੇ ਚੱਲਾਂਗੇ। ਦਿਖੇਗਾ ਤਾਂ ਨਹੀਂ ਵੈਸੇ, ਬਟ ਸੋ ਇਹ ਇੱਕ ਸੈਲਫ ਕੇਅਰ ਵੀਲ ਹੁੰਦਾ ਕਿ ਜਿਹਦੇ 'ਚ ਛੇ ਤਰੀਕੇ ਦੇ ਸੈਲਫ ਕੇਅਰ, ਅਤੇ ਉਹਦੇ 'ਚ ਅਸੀਂ ਕੀ ਕਰ ਸਕਦੇ ਹਾਂ, ਬੇਸਿਕ ਆਈਡੀਆ ਦਿੱਤੇ ਹੋਏ ਨੇ ਸੈਲਫ ਕੇਅਰ ਵੀਲ। ਠੀਕ ਹੈ ਜੀ। ਸੋ ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ ਸਿੱਖੀ ਵਿੱਚ ਸੈਲਫ ਕੇਅਰ ਦੀ ਗੱਲ ਹੋਈ ਹੈ ਜਾਂ ਨਹੀਂ ਹੋਈ। ਸਭ ਤੋਂ ਪਹਿਲੇ ਗੱਲ ਕਰਦੇ ਹਾਂ ਫਿਜ਼ੀਕਲ ਸੈਲਫ ਕੇਅਰ। ਗੁਰੂ ਅੰਗਦ ਪਾਤਸ਼ਾਹ ਨੇ ਮੱਲ ਅਖਾੜੇ ਬਣਾਏ ਸੀਗੇ। ਕਿਉਂ? ਮੱਲ ਅਖਾੜੇ ਕੀ ਨੇ? ਜਿੱਥੇ ਗੁਰੂ ਸਾਹਿਬ ਕੁਸ਼ਤੀਆਂ ਕਰਵਾਉਂਦੇ ਸੀ ਸਰੀਰ ਦਾ ਖਿਆਲ ਰੱਖਣ ਵਾਸਤੇ, ਤਾਂ ਕਿ ਅਸੀਂ ਸਾਰੇ ਸਰੀਰ ਵਜੋਂ
ਤੰਦਰੁਸਤ ਰਹੀਏ, ਹੈ ਨਾ। ਮਹਾਰਾਜ ਨੇ ਮਲ ਅਖਾੜੇ ਬਣਵਾਏ ਸੀ, ਜੇ ਉਹਨਾਂ ਨੇ ਸਾਨੂੰ ਫਿਜ਼ੀਕਲ ਸੈਲਫ ਕੇਅਰ ਨਾ ਸਿਖਾਉਣੀ ਹੁੰਦੀ ਤਾਂ ਮਲ ਅਖਾੜੇ ਕਿਉਂ ਬਣਵਾਉਂਦੇ? ਉਹ ਕਿਉਂ ਫਿਜ਼ੀਕਲ ਹੈਲਥ 'ਤੇ, ਸਾਡੇ ਸਰੀਰਕ ਤੰਦਰੁਸਤੀ 'ਤੇ ਇੰਨਾ ਫੋਕਸ ਕਰਦੇ? ਔਰ ਬਕਾਇਦਾ ਗੁਰਦੁਆਰਾ ਮਲ ਅਖਾੜਾ ਸਾਹਿਬ ਵੀ ਹੈ, ਤਾਂ ਕਿ ਅਸੀਂ ਬਾਅਦ 'ਚੋਂ ਕੁਐਸਚਨ ਨਾ ਕਰੇ ਕਿ ਨਹੀਂ ਇਹ ਤਾਂ ਹੋਇਆ ਹੀ ਨਹੀਂ। ਸੋ ਮਹਾਰਾਜ ਨੇ ਮਲ ਅਖਾੜੇ ਸ਼ੁਰੂ ਕਰਾਏ ਕਿ ਅਸੀਂ ਰੋਜ਼ਾਨਾ ਆਪਣੇ ਸਰੀਰ ਦਾ ਖਿਆਲ ਰੱਖ ਸਕੀਏ, ਫਿਜ਼ੀਕਲ ਸੈਲਫ ਕੇਅਰ ਕਰੀਏ, ਅਤੇ ਨਾਲ ਨਾਲ ਅਗਰ ਅਸੀਂ ਫਿਜ਼ੀਕਲੀ ਫਿੱਟ ਹੈਗੇ ਹਾਂ, ਮਹਾਰਾਜ ਨੇ ਜੋ ਸਾਨੂੰ ਸੰਤ ਅਤੇ ਸਿਪਾਹੀ ਦਾ ਰੋਲ ਦਿੱਤਾ ਹੈ, ਉਹ ਸਿਪਾਹੀ ਬਣਨ ਵਾਸਤੇ ਸਾਡੀ ਫਿਜ਼ੀਕਲ ਹੈਲਥ ਵੀ ਅੱਛੀ ਹੋਣੀ ਚਾਹੀਦੀ ਹੈ। ਸੋ ਉਸ ਫਿਜ਼ੀਕਲ ਹੈਲਥ ਨੂੰ ਮੈਂਟੇਨ ਕਰਨ ਵਾਸਤੇ, ਉਸ ਫਿਜ਼ੀਕਲ ਸੈਲਫ ਕੇਅਰ ਵਾਸਤੇ ਮਹਾਰਾਜ ਨੇ ਮਲ ਅਖਾੜੇ ਬਣਵਾਏ। ਫਿਜ਼ੀਕਲ ਸੈਲਫ ਕੇਅਰ ਮਹਾਰਾਜ ਨੇ ਬਹੁਤ ਕਲੀਅਰਲੀ ਸਾਨੂੰ ਦੱਸ ਦਿੱਤੀ ਕਿ ਅਸੀਂ ਕਰਨੀ ਹੀ ਕਰਨੀ ਹੈ, ਆਪਣੇ ਸਰੀਰ ਦਾ ਖਿਆਲ ਰੱਖਣਾ ਹੀ ਹੈ। ਅੱਗੇ ਵਧਦਿਆਂ ਪਰਸਨਲ ਸੈਲਫ ਕੇਅਰ, ਹੁਣ ਇੱਥੇ ਕੁਐਸਚਨ ਬਹੁਤ ਆਉਂਦਾ ਕਿ ਚਲੋ ਸਰੀਰ ਦਾ ਖਿਆਲ ਤਾਂ ਰੱਖਣਾ ਕਿਉਂਕਿ ਸਰੀਰ ਤਾਂ ਮਹਾਰਾਜ ਨੇ ਦਿੱਤਾ, ਪਰ ਅਸੀਂ ਆਪਣੇ ਵਾਸਤੇ ਕੁਛ ਨਹੀਂ ਕਰਨਾ, ਅਸੀਂ ਆਪਣੇ 'ਤੇ ਫੋਕਸ ਨਹੀਂ ਕਰਨਾ, ਅਸੀਂ ਸਾਰਿਆਂ 'ਤੇ ਫੋਕਸ ਕਰਨਾ। ਪਰ ਉੱਥੇ ਵੀ ਮਹਾਰਾਜ ਨੇ ਸਾਨੂੰ ਬਹੁਤ ਬਹੁਤ ਐਗਜ਼ਾਮਪਲਸ ਦਿੱਤੇ ਨੇ ਜਿੱਥੇ ਸਾਨੂੰ ਪਰਸਨਲ ਸੈਲਫ ਕੇਅਰ ਬਾਰੇ ਪਤਾ ਲੱਗਦਾ। ਗੁਰੂ ਲਾਦੋ ਰੇ, ਸਾਨੂੰ ਸਾਖੀ ਪਤਾ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲਣੀ ਸੀ ਕਿੱਥੇ ਸਾਨੂੰ, ਬਾਬਾ ਬਕਾਲੇ ਕੀ ਕਰ ਰਹੇ ਸੀ? ਭਗਤੀ ਕਰ ਰਹੇ ਸੀ। ਉਹਨਾਂ ਕੋਲ ਤਾਂ ਆਲਰੇਡੀ ਗੁਰੂ ਸਾਹਿਬ ਦਾ ਵਾਸ ਸੀ, ਉਹਨਾਂ ਨੂੰ ਭੋਰੇ ਵਿੱਚ ਜਾ ਕੇ ਸਾਰੀ ਦੁਨੀਆ ਤੋਂ ਟੁੱਟ ਕੇ ਭਗਤੀ ਕਰਨ ਦੀ ਕੀ ਲੋੜ ਪਈ ਸੀ? ਦੂਜਿਆਂ ਨੂੰ ਸਿਖਾਉਣ ਵਾਸਤੇ, ਠੀਕ ਹੈ, ਐਗਜੈਕਟਲੀ, ਆਉਣ ਵਾਲੇ ਸਮੇਂ ਦੀ ਤਿਆਰੀ ਹੋ ਰਹੀ ਸੀ। ਅਸੀਂ ਜੇ ਇਤਿਹਾਸ ਵਿੱਚ ਦੇਖੀਏ ਤਾਂ ਬਹੁਤ ਸਾਰੇ ਅਸੀਂ ਭੋਰੇ ਸਾਨੂੰ ਦੇਖਣ ਨੂੰ ਮਿਲਦੇ ਨੇ ਜਿੱਥੇ ਕਿ ਗੁਰੂ ਸਾਹਿਬਾਨ, ਸਾਰੇ ਮਹਿਲ ਸਾਹਿਬਾਨ ਉਹ ਤਪ ਕਰਦੇ ਸੀ। ਬਹੁਤ ਤਪ ਅਸਥਾਨ ਹੈਗੇ। ਅਸੀਂ ਜੇ ਹਜ਼ੂਰ ਸਾਹਿਬ ਵੱਲ ਜਾਈਏ, ਮਾਤਾ ਸਾਹਿਬ ਦੇਵਾਂ ਜਾਂ ਗੁਰਦੁਆਰਾ ਮਾਤਾ ਸਾਹਿਬ ਦੇਵਾਂ, ਉੱਥੇ ਮਾਤਾ ਸਾਹਿਬ ਕੌਰ ਜੀ ਦਾ ਤਪ ਅਸਥਾਨ ਹੈ। ਸੋ ਸਿਰਫ ਇਹ ਨਹੀਂ ਕਿ ਗੁਰੂ ਸਾਹਿਬਾਨਾਂ ਨੇ ਤਪ ਕੀਤਾ, ਮਹਿਲਾਂ ਨੇ ਵੀ ਤਪ ਕੀਤਾ। ਸੋ ਤਪ ਕਰਨਾ ਕੀ ਹੈ? ਆਪਣੇ ਆਪ ਨੂੰ ਭਰਨਾ ਹੈ। ਉਹ ਗਲਾਸ, ਸਾਡਾ ਗਲਾਸ, ਉਹ ਭਰਨਾ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਤਾ ਸੀ ਨਾ ਕਿ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ, ਅਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਸੀ ਕਿ ਪਹਿਲੇ ਆਪਣਾ ਆਪ ਭਰਿਆ ਹੋਵੇ। ਉਹਨਾਂ ਨੇ ਸਾਨੂੰ ਇਹੀ ਸਿਖਾਇਆ। ਹੁਣ ਜੇ ਅਸੀਂ ਕਹੀਏ ਕਿ ਇਕੱਲੇ ਜਾ ਕੇ ਆਪਣੀ ਆਪਣੀ ਬਾਣੀ ਪੜ੍ਹ ਲੈਣਾ ਬੜਾ ਸੈਲਫਿਸ਼ ਹੈ, ਕੀ ਉਹ ਸੈਲਫਿਸ਼ ਹੈ? ਮਹਾਰਾਜ ਨੇ ਸਿਖਾਇਆ ਹੀ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਭਰਨਾ ਹੈ, ਆਪਣੀ ਤਿਆਰੀ ਪੂਰੀ ਰੱਖਣੀ ਹੈ। ਦਿਸ ਇਜ਼ ਵਾਟ ਇਜ਼ ਪਰਸਨਲ ਸੈਲਫ ਕੇਅਰ। ਹੁਣ
ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤਪ ਕਰ ਰਹੇ ਸੀ, ਉਹ ਸਿੱਧਾ ਸਿੱਧਾ ਸਭ ਦੇ ਸਾਹਮਣੇ ਵੀ ਤਾਂ ਜਾ ਹੀ ਸਕਦੇ ਸੀ, ਕਿਉਂ ਨਹੀਂ ਗਏ? ਕਿਉਂ ਉਹਨਾਂ ਨੇ ਪਹਿਲੇ ਤਪ ਕਰਨਾ ਜ਼ਰੂਰੀ ਸਮਝਿਆ? ਬਿਲਕੁਲ ਨਾਲ ਨਾਲ ਕੀਤਾ ਹੈ, ਪਰ ਤਪ ਨਹੀਂ ਕੀਤਾ ਕਿਧਰੇ ਇਹ ਮੈਂਸ਼ਨਡ ਹੈ? ਉਹ ਤਾਂ ਕੀਤਾ ਹੀ ਹੈ, ਹੈ ਨਾ, ਤਪ ਤਾਂ ਕੀਤਾ ਹੀ ਹੈ। ਸੋ ਕਿਉਂ ਕੀਤਾ? ਬਿਲਕੁਲ ਜੀ, ਐਗਜੈਕਟਲੀ। ਐਨਰਜੀ ਜੋ ਫਲੋ ਹੁੰਦਾ ਹੈ ਉਹ ਹਾਇਰ ਲੈਵਲ ਟੂ ਲੋਅਰ ਲੈਵਲ ਹੁੰਦਾ, ਅਤੇ ਅਗਰ ਅਸੀਂ ਕੁਛ ਦੇਣਾ ਚਾਹ ਰਹੇ ਹਾਂ ਕਿਸੇ ਨੂੰ, ਪਹਿਲੇ ਸਾਨੂੰ ਹਾਇਰ ਲੈਵਲ 'ਤੇ ਹੋਣਾ ਪਏਗਾ, ਰਾਈਟ? ਉਹ ਐਨਰਜੀ ਪਹਿਲੇ ਆਪਣੇ ਅੰਦਰ ਪੂਰੀ ਭਰਨੀ ਪਏਗੀ, ਤਾਂ ਹੀ ਅਸੀਂ ਦੇ ਪਾਵਾਂਗੇ। ਸੋ ਮਹਾਰਾਜ ਨੇ ਪਰਸਨਲ ਸੈਲਫ ਕੇਅਰ ਬਹੁਤ ਅੱਛੀ ਤਰ੍ਹਾਂ ਸਿਖਾ ਦਿੱਤੀ ਸਾਨੂੰ, ਕਿ ਪੂਰੇ ਦਿਨ ਵਿੱਚ, ਪੂਰੀ ਜ਼ਿੰਦਗੀ ਵਿੱਚ ਆਪਣੇ ਵਾਸਤੇ ਵੀ ਟਾਈਮ ਕੱਢੋ, ਕਿ ਆਪਣਾ ਬਹਿ ਕੇ ਮੈਡੀਟੇਸ਼ਨ ਵੀ ਕਰੋ, ਨਾਮ ਵੀ ਜਪੋ। ਸਿਰਫ ਅਸੀਂ ਬਾਕੀਆਂ ਲਈ ਜ਼ਿੰਦਗੀ ਨਹੀਂ ਕੱਟ ਦੇਣੀ, ਆਪਣਾ ਵੀ ਖਿਆਲ ਰੱਖਣਾ ਹੈ। ਪ੍ਰੋਫੈਸ਼ਨਲ ਸੈਲਫ ਕੇਅਰ, ਭਾਈ ਮੰਜ ਜੀ ਦੀ ਸਾਖੀ ਸਾਨੂੰ ਪਤਾ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਟਾਈਮ 'ਤੇ ਇੱਕ ਗੁਰਸਿੱਖ ਹੋਏ ਨੇ ਭਾਈ ਮੰਜ ਜੀ। ਮੈਂ ਥੋੜ੍ਹੀ ਜਿਹੀ ਸ਼ੋਰਟ 'ਚ ਰੱਖਾਂਗੀ ਸਾਖੀ। ਮਹਾਰਾਜ ਨੇ ਭਾਈ ਮੰਜ ਜੀ ਨੂੰ ਸੇਵਾ ਦਿੱਤੀ ਸੀ ਕਿ ਲੰਗਰ ਲਈ ਲੱਕੜਾਂ ਕੱਟ ਕੇ ਲਿਆਉਣੀਆਂ ਨੇ ਤੁਸੀਂ। ਹੁਣ ਭਾਈ ਮੰਜ ਜੀ ਬਹੁਤ ਬਹੁਤ ਪਿਆਰ ਨਾਲ ਸੇਵਾ ਕਰਦੇ ਸੀ, ਉਹਨਾਂ ਨੇ ਰੋਜ਼ ਜੰਗਲ 'ਚੋਂ ਲੱਕੜਾਂ ਕੱਟ ਕੇ ਸਮੇਂ ਤੋਂ ਪਹਿਲੇ ਲੱਕੜਾਂ ਲਿਆ ਕੇ ਗੁਰੂ ਘਰ ਰੱਖ ਦੇਣੀਆਂ। ਇੱਕ ਦਿਨ ਇੱਕ ਗੁਰਸਿੱਖ ਨੇ ਗੁਰੂ ਸਾਹਿਬ ਨੂੰ ਕਿਹਾ, ਗੁਰੂ ਸਾਹਿਬ ਦੀ ਅਤੇ ਉਹਨਾਂ ਗੁਰਸਿੱਖ ਦੀ ਗੱਲ ਹੋਈ, ਕਿ ਭਾਈ ਮੰਜ ਜੀ ਲੰਗਰ 'ਚੋਂ ਹੀ ਆਪਣਾ ਪ੍ਰਸ਼ਾਦਾ ਛਕਦੇ ਨੇ, ਪੂਰਾ ਦਿਨ ਸੇਵਾ ਕਰਦੇ ਨੇ ਉਹ, ਅਤੇ ਲੰਗਰ 'ਚੋਂ ਹੀ ਆਪਣਾ ਪ੍ਰਸ਼ਾਦਾ ਵੀ ਛਕਦੇ ਨੇ, ਅਤੇ ਉਹ ਇੱਦਾਂ ਹੀ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਗੁਰੂ ਸਾਹਿਬ ਨੇ ਫਿਰ ਭਾਈ ਮੰਜ ਜੀ ਨੂੰ ਇਹ ਇੱਕ ਸਿੱਖਿਆ ਦਿੱਤੀ ਉਹਨਾਂ ਨੇ, ਕਿ ਭਾਈ ਮੰਜ ਜੀ ਸੇਵਾ ਅਤੇ ਕਿਰਤ ਵੱਖਰੇ ਹੋਣੇ ਚਾਹੀਦੇ ਨੇ। ਜੇ ਤੁਸੀਂ ਪੂਰਾ ਦਿਨ ਗੁਰੂ ਘਰ ਸੇਵਾ ਕਰ ਰਹੇ ਹੋ, ਤੁਸੀਂ ਆਪਣੇ ਪ੍ਰੋਫੈਸ਼ਨ ਲਈ ਵੀ ਸਮਾਂ ਕੱਢਣਾ ਹੈ, ਤੁਸੀਂ ਪ੍ਰੋਫੈਸ਼ਨ ਨੂੰ ਅਲੱਗ ਰੱਖਣਾ, ਤੁਸੀਂ ਸੇਵਾ ਕਰਨ ਤੋਂ ਬਾਅਦ ਤੁਸੀਂ ਆਪਣੇ ਲਈ ਵੱਖਰੀਆਂ ਲੱਕੜੀਆਂ ਕੱਟ ਕੇ ਉਹਨੂੰ ਬਾਜ਼ਾਰ 'ਚ ਵੇਚੋ, ਆਪਣੀ ਕਿਰਤ ਕਰੋ ਅਤੇ ਸੇਵਾ ਵੱਖਰੀ ਕਰੋ। ਸੋ ਕਦੀ ਵੀ ਮਹਾਰਾਜ ਨੇ ਪ੍ਰੋਫੈਸ਼ਨਲ ਅਤੇ ਪਰਸਨਲ ਜਾਂ ਸਪਿਰਿਚੁਅਲ ਲਾਈਫ ਨੂੰ ਮਿਕਸ ਨਹੀਂ ਕੀਤਾ, ਮਹਾਰਾਜ ਨੇ ਹਮੇਸ਼ਾ ਵੱਖਰੇ ਰੱਖਣ ਨੂੰ ਕਿਹਾ। ਕਈ ਵਾਰ ਅੱਜ ਕੱਲ੍ਹ ਸਪੈਸ਼ਲੀ ਇਹ ਨੌਜਵਾਨਾਂ ਦਾ ਬਹੁਤ ਸਵਾਲ ਆਉਂਦਾ ਹੈ ਕਿ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦਾ ਕੰਪੈਟੀਟਿਵ ਵਰਲਡ ਹੋ ਚੁੱਕਾ ਹੈ, ਜਿਸ ਤਰ੍ਹਾਂ ਦੀ ਲਾਈਫ ਹੋ ਚੁੱਕੀ ਹੈ,
ਮੈਂ ਚਾਹੁੰਦੀ ਹਾਂ ਕਿ ਮੈਂ ਕੋਈ ਕੰਮ ਨਾ ਕਰਾਂ, ਮੈਂ ਬਸ ਸੇਵਾ 'ਚ ਲੱਗਾ। ਪਰ ਕੀ ਸਿੱਖੀ ਵਿੱਚ ਸਾਨੂੰ ਇਹ ਕਿਹਾ ਹੈ ਕਿ ਤੁਸੀਂ ਆਪਣੀ ਪਰਸਨਲ ਲਾਈਫ, ਆਪਣੀ ਪ੍ਰੋਫੈਸ਼ਨਲ ਲਾਈਫ ਬਿਲਕੁਲ ਛੱਡ ਦਿਓ? ਗੁਰੂ ਨਾਨਕ ਪਾਤਸ਼ਾਹ ਦੇ ਤਿੰਨ ਹੁਕਮ ਹੀ ਕੀ ਹੈਗੇ? ਨਾਮ ਜਪੋ, ਕਿਰਤ ਕਰੋ, ਫਿਰ ਵੰਡ ਛਕੋ। ਸੋ ਕਿਰਤ ਕਰਨੀ ਬਹੁਤ ਜ਼ਰੂਰੀ ਹੈ, ਉਹਦੇ ਨਾਲ ਨਾਮ ਜਪਣਾ ਵੀ ਜ਼ਰੂਰੀ ਹੈ, ਅਤੇ ਫਿਰ ਅਸੀਂ ਵੰਡ ਛਕਣਾ ਵੀ ਹੈ ਨਾ। ਹਾਂਜੀ, ਇਹ ਥੋੜ੍ਹਾ ਜਿਹਾ ਡਿਬੇਟੇਬਲ ਹੈ, ਅਤੇ ਅਸੀਂ ਡਿਬੇਟਸ ਵਿੱਚ ਨਹੀਂ ਜਾਂਦੇ। ਮਹਾਰਾਜ ਨੇ ਤਿੰਨ ਬੇਸਿਕ ਜੋ ਸਾਨੂੰ ਉਦੇਸ਼ ਦਿੱਤੇ ਨੇ, ਅਸੀਂ ਉਹਨਾਂ ਤਿੰਨਾਂ 'ਤੇ ਖਰੇ ਹੀ ਉਤਰਨਾ ਹੈ। ਸੋ ਸੀਕੁਐਂਸ ਜੋ ਵੀ ਹੋਏ ਤਿੰਨੋਂ ਅਸੀਂ ਕਰਨੇ ਨੇ। ਵਾਹਿਗੁਰੂ ਅਸੀਂ ਡਿਬੇਟ ਵਿੱਚ ਨਹੀਂ ਜਾਂਦੇ, ਠੀਕ ਹੈ, ਅਸੀਂ ਡਿਬੇਟ 'ਚ ਨਹੀਂ ਜਾਂਦੇ, ਠੀਕ ਹੈ। ਤਿੰਨ ਹੈਗੇ, ਅਸੀਂ ਸਾਰੇ ਅਗਰੀ ਕਰਦੇ ਹਾਂ, ਪੂਰਾ ਪੰਥ ਅਗਰੀ ਕਰਦਾ, ਤਿੰਨੋਂ ਫੋਲੋ ਕਰਦੇ ਹਾਂ ਅਸੀਂ, ਠੀਕ ਹੈ ਜੀ। ਹੁਣ ਭਗਤ ਸੈਨ ਜੀ ਦੀ ਸਾਖੀ ਸਾਨੂੰ ਪਤਾ, ਭਗਤ ਸੈਨ ਜੀ ਰਾਜੇ ਦੇ ਦਰਬਾਰ ਵਿੱਚ ਰਾਜੇ ਦੀ ਮਾਲਿਸ਼ ਦੀ ਸੇਵਾ ਕਰਦੇ ਸੀ। ਹੁਣ ਭਗਤ ਸੈਨ ਜੀ ਦਾ ਨਾ ਸੰਗਤ ਨਾਲ ਬਹੁਤ ਪਿਆਰ ਸੀ। ਇੱਕ ਵਾਰ ਕੀ ਹੋਇਆ ਕਿ ਉਹਨਾਂ ਸੰਗਤ ਦੀ ਸੇਵਾ 'ਚ ਲੱਗੇ ਹੋਏ ਸੀ, ਪੂਰੀ ਰਾਤ ਪੂਰਾ ਦਿਨ ਸੇਵਾ 'ਚ ਨਿਕਲ ਗਿਆ, ਅਤੇ ਉਹ ਰਾਜੇ ਵੱਲ ਨਹੀਂ ਪਹੁੰਚ ਪਾਏ, ਆਪਣੀ ਕਿਰਤ ਵੱਲ ਨਹੀਂ ਪਹੁੰਚ ਪਾਏ। ਅਗਲੇ ਦਿਨ ਜਦੋਂ ਉਹਨਾਂ ਨੂੰ ਰੀਅਲਾਈਜ਼ ਹੋਇਆ ਕਿ ਮੈਂ ਤਾਂ ਆਪਣੇ ਕੰਮ ਵੱਲ ਨਹੀਂ ਜਾ ਪਾਇਆ, ਉਹਨਾਂ ਨੇ ਬੜਾ ਹੀ ਸੌਰੀ ਫੀਲ ਕੀਤਾ ਕਿ ਮੈਂ ਨਹੀਂ ਜਾ ਪਾਇਆ ਜਦਕਿ ਮੈਂ ਜਾਣਾ ਚਾਹੀਦਾ ਸੀ। ਅਤੇ ਉਹ ਰਾਜੇ ਕੋਲ ਗਏ, ਜਿਵੇਂ ਹੀ ਉਹ ਰਾਜੇ ਕੋਲ ਗਏ, ਉਹ ਕੁਛ ਕਹਿ ਪਾਉਣ ਇਸ ਤੋਂ ਪਹਿਲੇ ਰਾਜਾ ਕੀ ਕਹਿੰਦਾ, ਭਗਤ ਜੀ ਕੱਲ੍ਹ ਤਾਂ ਮਾਲਿਸ਼ ਦਾ ਮਜ਼ਾ ਆ ਗਿਆ, ਕੱਲ੍ਹ ਜਿੰਨੀ ਵਧੀਆ ਮਾਲਿਸ਼ ਅੱਜ ਤੱਕ ਨਹੀਂ ਕੀਤੀ ਤੁਸੀਂ। ਭਗਤ ਸੈਨ ਜੀ ਹੈਰਾਨ ਕਿ ਇਹ ਹੋ ਕਿਵੇਂ ਗਿਆ, ਮੈਂ ਤਾਂ ਕੱਲ੍ਹ ਸੀਗਾ ਹੀ ਨਹੀਂ ਇੱਥੇ, ਇਹ ਕਿਵੇਂ ਹੋਇਆ? ਸੋ ਮਹਾਰਾਜ ਨੇ ਆਪ ਉੱਥੇ ਸਰੂਪ ਧਾਰਨ ਕਰਕੇ, ਰੂਪ ਧਾਰਨ ਕਰਕੇ ਉੱਥੇ ਭਗਤ ਸੈਨ ਜੀ ਦੀ ਜਗ੍ਹਾ ਉਹਨਾਂ ਦੀ ਡਿਊਟੀ ਲਗਾਈ। ਸੋ ਜਦੋਂ ਹੁਣ ਇੱਥੇ ਅਸੀਂ ਕੀ ਸਿੱਖਣਾ ਹੈ, ਇੱਕ ਹੋਰ ਚੀਜ਼ ਕਿ ਅਸੀਂ ਆਪਣੀ ਸਪਿਰਿਚੁਅਲ ਕੇਅਰ, ਇੱਕ ਸੈਲਫ ਕੇਅਰ ਵਾਸਤੇ ਵੀ ਵੱਖਰਾ ਟਾਈਮ ਰੱਖਣਾ ਹੈ, ਉਹਦੇ ਵਾਸਤੇ ਜੇ ਸਾਨੂੰ ਪ੍ਰੋਫੈਸ਼ਨਲ ਲਾਈਫ ਵਿੱਚ ਨਾ ਵੀ ਕਰਨੀ ਪੈ ਰਹੀ ਹੈ, ਕਰੋ। ਸੋ ਆਪਣੇ ਵਾਸਤੇ, ਆਪਣੀਆਂ ਚੀਜ਼ਾਂ ਵਾਸਤੇ ਟਾਈਮ ਕੱਢੋ। ਸਿਰਫ ਅਸੀਂ ਪ੍ਰੋਫੈਸ਼ਨਲ ਕਰਾਂਗੇ ਅਗਰ, ਤਾਂ ਬਾਕੀ ਸੈਲਫ ਕੇਅਰ ਤਾਂ ਵਿੱਚ ਰਹਿ ਜਾਣਗੀਆਂ। ਸੋ ਜੇ ਲੋੜ ਹੈ ਪ੍ਰੋਫੈਸ਼ਨਲੀ ਅਸੀਂ ਨਾ ਕਰੀਏ, ਤਾਂ ਕਿ ਅਸੀਂ ਆਪਣੇ ਅੰਦਰ ਭਰ ਸਕੀਏ ਕੁਛ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਵਾਰੀ ਨਾ ਕਰ ਦਈਏ, ਕਿਉਂਕਿ ਕਿਰਤ ਕਰਨੀ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿੰਨੀ ਵੱਡੀ ਉਮਰ 'ਚ ਜਾ ਕੇ ਵੀ ਉਹਨਾਂ ਨੇ ਖੇਤੀ ਕੀਤੀ, ਕਿਉਂਕਿ ਕਿਰਤ ਕਰਨੀ ਜ਼ਰੂਰੀ ਹੈ। ਹੁਣ ਜੇ ਅਸੀਂ ਦਸਵੰਧ ਦਾ ਕੋਨਸੈਪਟ ਦੇਖੀਏ, ਦਸਵੰਧ ਅਸੀਂ ਸਿਰਫ ਆਪਣੀ ਕਿਰਤ ਕਮਾਈ ਦਾ ਹੀ ਨਹੀਂ ਦੇਣਾ, ਆਪਣੀ ਪੂਰੀ ਲਾਈਫ ਦਾ ਦਸਵੰਧ ਦੀ ਗੱਲ ਹੈ ਕਿ ਅਸੀਂ ਦਸਵਾਂ ਹਿੱਸਾ ਆਪਣੀ ਲਾਈਫ ਦਾ, ਆਪਣੇ ਦਿਨ ਦਾ, ਉਹ ਅਸੀਂ ਸੇਵਾ ਵੱਲ, ਭਗਤੀ ਵੱਲ ਵੀ ਲਾਉਣਾ ਹੈ, ਉਹ ਵੀ ਮਹਾਰਾਜ ਵੱਲ ਲਾਉਣਾ ਹੈ। ਸੋ ਦਸਵੰਧ ਵੀ ਮਹਾਰਾਜ ਨੇ ਹਰ ਪਾਸਿਓਂ ਦਿੱਤਾ,
ਸਿਰਫ ਮੋਨੀਟਰੀ ਨਹੀਂ। ਹੁਣ ਅੱਗੇ ਜੇ ਗੱਲ ਕਰੀਏ ਸਾਈਕੋਲੋਜੀਕਲ ਅਤੇ ਇਮੋਸ਼ਨਲ ਸੈਲਫ ਕੇਅਰ ਦੀ, ਪਿਛਲੀ ਵਾਰ ਜਦੋਂ ਜਿਨ੍ਹਾਂ ਨੂੰ ਵੀ ਜੋ ਵੀ ਸੀਗੇ ਲਾਸਟ ਟਾਈਮ, ਸੋ ਲਾਸਟ ਟਾਈਮ ਇਸੇ ਟੋਪਿਕ 'ਤੇ ਗੱਲ ਹੋਈ ਸੀ ਇਮੋਸ਼ਨਲ ਅਤੇ ਸਾਈਕੋਲੋਜੀਕਲ ਸੈਲਫ ਕੇਅਰ। ਮਹਾਰਾਜ ਕੀ ਕਹਿੰਦੇ ਨੇ, ਨਾਨਕ ਪਰਖੇ ਆਪ ਕੋ, ਨਾਨਕ ਪਰਖੇ ਆਪ ਕੋ ਤਾਂ ਪਾਰਸ ਜਾਣ। ਅਸੀਂ ਆਪਣੇ ਆਪ ਨੂੰ ਪਰਖਣਾ ਹੈ ਤਾਂ ਹੀ ਅਸੀਂ ਨਿਰਮਲ ਹੋ ਪਾਵਾਂਗੇ। ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸੁਜਾਣ। ਕਿ ਹੁਣ ਫੋਰ ਐਗਜ਼ਾਮਪਲ ਅਗਰ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ, ਲਾਸਟ ਟਾਈਮ ਵੀ ਐਗਜ਼ਾਮਪਲ ਅਸੀਂ ਸ਼ੇਅਰ ਕੀਤਾ ਸੀ ਕਿ ਜੇ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ, ਉਹਨੂੰ ਕਹਿੰਦੇ ਡਾਕਟਰ ਸਾਹਿਬ ਮੇਰੀ ਪੇਟ ਦਰਦ ਬਹੁਤ ਹੋ ਰਹੀ ਹੈ, ਡਾਕਟਰ ਅੱਗੋਂ ਕਹਿੰਦਾ ਆਓ ਮੈਂ ਚੈੱਕ ਕਰਾਂ, ਕਹਿੰਦਾ ਹਾਂ ਤੁਹਾਨੂੰ ਇਨਫੈਕਸ਼ਨ ਹੈ, ਫੂਡ ਇਨਫੈਕਸ਼ਨ ਹੋ ਗਿਆ। ਅੱਛਾ ਡਾਕਟਰ ਸਾਹਿਬ ਹੁਣ ਮੈਂ ਕੀ ਕਰਾਂ, ਉਹ ਤਾਂ ਮੈਨੂੰ ਨਹੀਂ ਪਤਾ, ਮੈਨੂੰ ਤਾਂ ਇੰਨਾ ਪਤਾ ਤੁਹਾਨੂੰ ਸਟਮਕ ਇਨਫੈਕਸ਼ਨ ਹੈ, ਫੂਡ ਪੋਇਜ਼ਨਿੰਗ ਹੋਈ ਹੈ, ਅੱਗੇ ਕੀ ਕਰਨਾ ਮੈਨੂੰ ਨਹੀਂ ਪਤਾ। ਕੀ ਉਹ ਸਿਆਣਾ ਡਾਕਟਰ ਕਹਿਲਾਏਗਾ? ਨਹੀਂ। ਮੈਂ ਇੱਕ ਹੋਰ ਡਾਕਟਰ ਕੋਲ ਗਈ, ਡਾਕਟਰ ਸਾਹਿਬ ਮੇਰੀ ਬਹੁਤ ਪੇਟ ਦਰਦ ਹੋ ਰਹੀ ਹੈ। ਡਾਕਟਰ ਕੀ ਕਹਿੰਦੇ, ਇਹ ਦਵਾਈਆਂ ਲਿਖ ਲਓ ਠੀਕ ਹੋ ਜਾਏਗੀ। ਪਰ ਡਾਕਟਰ ਸਾਹਿਬ ਹੋਇਆ ਕੀ ਹੈ, ਉਹ ਤਾਂ ਮੈਨੂੰ ਨਹੀਂ ਪਤਾ, ਪਰ ਦਵਾਈਆਂ ਲੈ ਲਓ ਠੀਕ ਹੋ ਜਾਏਗਾ। ਕੀ ਉਹ ਸਿਆਣਾ ਡਾਕਟਰ ਕਹਿਲਾਏਗਾ? ਨਹੀਂ। ਸਿਆਣੇ ਡਾਕਟਰ ਨੂੰ ਦੋਨੋਂ ਚੀਜ਼ਾਂ ਪਤਾ ਹੋਣੀਆਂ ਜ਼ਰੂਰੀ ਨੇ, ਰੋਗ ਦਾਰੂ ਦੋਵੇਂ ਬੁਝੇ। ਸੋ ਹੁਣ ਜੇ ਅਸੀਂ ਆਪਣੀ ਲਾਈਫ ਦੀ ਗੱਲ ਕਰੀਏ, ਸਾਨੂੰ ਆਪਣੇ ਰੋਗ ਅਤੇ ਆਪਣੀਆਂ ਦਾਰੂ ਪਤਾ ਹੋਣਾ ਚਾਹੀਦਾ, ਨਾਨਕ ਪਰਖੇ ਆਪ ਕੋ ਤਾਂ ਪਾਰਸ ਜਾਣ। ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖਸਾਰ। ਕਿ ਜਦੋਂ ਅਸੀਂ ਆਪਣੇ ਮਨ ਦੀ ਪੱਤਰੀ, ਦੈਟ ਇਜ਼ ਮਨ 'ਤੇ ਜੋ ਲਿਖਿਆ, ਸਾਡੇ ਥੋਟ, ਸਾਡੇ ਇਮੋਸ਼ਨਸ, ਸਭ ਕੁਛ ਜਦੋਂ ਅਸੀਂ ਉਹ ਪਰਖਾਂਗੇ, ਜਦੋਂ ਅਸੀਂ ਉਹ ਪੜ੍ਹਾਂਗੇ ਤਾਂ ਹੀ ਸਾਨੂੰ ਸੁੱਖ ਮਿਲੇਗਾ। ਸੋ ਮਹਾਰਾਜ ਨੇ ਬਹੁਤ ਕਲੀਅਰਲੀ ਸਾਨੂੰ ਸਾਈਕੋਲੋਜੀਕਲ ਅਤੇ ਇਮੋਸ਼ਨਲ ਸੈਲਫ ਕੇਅਰ 'ਤੇ ਦੇ ਦਿੱਤਾ ਕਿ ਤਾਂ ਹੀ ਤੁਹਾਨੂੰ ਸੁੱਖ ਮਿਲੇਗਾ ਜਦੋਂ ਤੁਸੀਂ ਆਪਣੇ ਮਨ ਦਾ ਆਪ ਖਿਆਲ ਰੱਖੋਗੇ। ਜਿਹੜਾ ਇੱਕ ਕੋਨਸੈਪਟ ਹੈ ਸਿੱਖੀ ਚੜ੍ਹਦੀ ਕਲਾ, ਕੀ ਹੈ ਚੜ੍ਹਦੀ ਕਲਾ? ਕੀ ਹੈ ਪੋਜ਼ਿਟਿਵ ਥਿੰਕਿੰਗ, ਭਾਣੇ ਨੂੰ ਮੰਨਣਾ, ਹਾਈ ਸਪਿਰਿਟਸ, ਕਿਸੇ ਵੀ ਕੰਡੀਸ਼ਨ ਵਿੱਚ ਰਾਜੀ ਰਹਿਣਾ, ਬਿਲਕੁਲ ਏ ਬੇਦਾਤ ਤੇਰੀ ਦਾਤਾਰ, ਸੋਰੀ ਸੈਲਫ ਮੋਟੀਵੇਸ਼ਨ, ਹਾਂਜੀ ਸਾਰਿਆਂ ਨੇ ਕਿਹਦੀ ਗੱਲ ਕੀਤੀ ਹੈ? ਇੱਕ ਸਾਡੇ ਮਨ ਤੋਂ ਸਮਝਣ ਦੀ, ਦੈਟ ਇਜ਼ ਕੋਈ ਵੀ ਕੰਡੀਸ਼ਨ ਹੈ, ਬਾਹਰੀ ਕੰਡੀਸ਼ਨ ਕੁਛ ਵੀ ਹੈ, ਮਨ ਵਿੱਚ ਚੜ੍ਹਦੀ ਕਲਾ ਹੁੰਦੀ ਹੈ। ਚੜ੍ਹਦੀ ਕਲਾ ਬਾਹਰੋਂ ਨਹੀਂ
ਮਾਪੀ ਜਾਂਦੀ, ਚੜ੍ਹਦੀ ਕਲਾ ਸਾਡੇ ਮਨ ਦੀ ਹੁੰਦੀ ਹੈ। ਅਤੇ ਚੜ੍ਹਦੀ ਕਲਾ ਸਿੱਖੀ ਦਾ ਇੱਕ ਬਹੁਤ ਹੀ ਯੂਨੀਕ ਕੋਨਸੈਪਟ ਹੈ ਕਿ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ। ਅਤੇ ਉਹ ਕਿਵੇਂ ਰਿਹਾ ਜਾਏਗਾ? ਬਾਹਰੀ ਕੰਡੀਸ਼ਨ ਸੋਲਵ ਕਰਕੇ, ਅੰਦਰਲਾ ਸੋਲਵ ਕਰਕੇ, ਨਾਮ ਜਪ ਕੇ। ਤਾਂ ਜਦੋਂ ਤੱਕ ਅਸੀਂ ਅੰਦਰ ਆਪਣੇ ਵੱਲ ਨਹੀਂ ਦੇਖਾਂਗੇ ਤਾਂ ਤੱਕ ਚੜ੍ਹਦੀ ਕਲਾ ਵੱਲ ਨਹੀਂ ਜਾ ਸਕਦੇ। ਜੇ ਅਸੀਂ ਇੱਕ ਹੋਰ ਗੱਲ ਕਰੀਏ ਖਾਲਸਾਈ ਬੋਲਿਆਂ ਦੀ, ਪਹਿਲੇ ਦੇ ਸਮੇਂ ਜਦੋਂ ਸਿੱਖ ਫੌਜ ਹਰ ਵੇਲੇ ਜੰਗਾਂ ਵਿੱਚ ਲੱਗੀ ਹੋਈ ਸੀ ਤਾਂ ਨਾ ਮਹਾਰਾਜ ਨੇ ਬੜਾ ਪਿਆਰਾ ਕੋਨਸੈਪਟ ਦਿੱਤਾ, ਉਹਨਾਂ ਨੇ ਸਾਡੇ ਬੋਲ ਬਦਲ ਦਿੱਤੇ। ਕੀ ਚੇਂਜਿਸ ਆਏ? ਇੱਕ ਸਿੱਖ ਨੂੰ ਕੀ ਕਿਹਾ ਜਾਂਦਾ ਸੀ? ਸਵਾ ਲੱਖ। ਜਦੋਂ ਉਹਨਾਂ ਨੇ ਭੁੱਜੇ ਛੋਲੇ ਖਾਣੇ, ਭੁੱਜੇ ਛੋਲਿਆਂ ਨੂੰ ਕੀ ਕਹਿਣਾ? ਬਦਾਮ। ਹੁਣ ਉਹ ਸੱਚੀ 'ਚ ਬਦਾਮ ਤਾਂ ਨਹੀਂ ਬਣ ਜਾਂਦੇ ਸੀ, ਪਰ ਕੀ ਹੁੰਦਾ ਇਸ ਤਰ੍ਹਾਂ ਦੇ ਬੋਲ ਯੂਜ਼ ਕਰਨ ਨਾਲ? ਕੀ ਹੁੰਦਾ? ਸਾਡੇ ਮਨ 'ਚ ਅਸਰ ਆਉਂਦਾ। ਸਾਨੂੰ ਉਹ ਭੁੱਜੇ ਛੋਲਿਆਂ ਤੋਂ ਵੀ ਬਦਾਮ ਦਾ ਅਸਰ ਮਿਲੇਗਾ, ਕਿਉਂਕਿ ਅਸੀਂ ਉਹਨੂੰ ਉਹੀ ਦੇਖ ਰਹੇ ਹਾਂ। ਅਸੀਂ ਭੁੱਜੇ ਛੋਲਿਆਂ ਨੂੰ ਬਦਾਮ ਹੀ ਦੇਖ ਰਹੇ ਹਾਂ, ਅਤੇ ਅਸਰ ਕਿੱਦਾਂ ਆਏਗਾ? ਬਦਾਮ ਦਾ। ਸਾਡੇ ਬੋਲਾਂ ਵਿੱਚ ਇੰਨੀ ਜ਼ਿਆਦਾ ਤਾਕਤ ਹੈ। ਸਾਖੀ ਆਉਂਦੀ ਹੈ ਕਿ ਜਦੋਂ ਹੁਣ ਸਿੱਖ ਫੌਜ ਜਦੋਂ ਜੰਗਾਂ 'ਚ ਲੱਗੀ ਹੋਈ ਸੀ ਅਤੇ ਉਹਨਾਂ ਨੇ ਉਹ ਕਿਲ੍ਹੇ ਫਤਿਹ ਕਰਦੇ ਸੀ ਹੈ ਨਾ, ਅਤੇ ਕਿਲ੍ਹੇ 'ਚ ਇਸ ਤਰ੍ਹਾਂ ਹੀ ਮੁਗਲ ਫੌਜ ਬੈਠੀ ਸੀ, ਉਹਦੇ 'ਤੇ ਹਮਲਾ ਕਰਨ ਵਾਸਤੇ। ਹੁਣ ਸਿੱਖਾਂ ਦੀ ਗਿਣਤੀ ਘੱਟਦੀ ਜਾ ਰਹੀ ਸੀ ਪਹਿਲੇ, ਜਦੋਂ ਫੌਜ ਜਦੋਂ ਜੰਗਾਂ ਚੱਲਦੀਆਂ ਸੀਗੀਆਂ ਹੈ ਨਾ, ਅਤੇ ਇੱਕ ਫਿਜ਼ੀਕਲ ਗਿਣਤੀ ਤਾਂ ਘੱਟ ਰਹੀ ਸੀ ਉਸ ਵੇਲੇ। ਅਤੇ ਕੀ ਹੋਇਆ? ਇੱਕ ਕਿਲ੍ਹੇ 'ਤੇ ਫਤਿਹ ਕਰਨ ਦੋ ਸਿੰਘ ਗਏ। ਸੋਚੋ, ਕਿਲ੍ਹੇ 'ਤੇ ਫਤਿਹ ਕਰਨ ਦੋ ਸਿੰਘ ਗਏ। ਹੁਣ ਚੱਲਦੇ ਚੱਲਦੇ ਰਾਹ ਵਿੱਚ ਤਾਂ ਘੋੜਿਆਂ 'ਤੇ ਚੱਲਿਆ ਜਾਂਦਾ ਸੀ, ਅਤੇ ਚੱਲਦੇ ਚੱਲਦੇ ਰਾਹ 'ਚ ਇੱਕ ਸਿੰਘ ਅੱਗੇ ਹੋ ਗਿਆ, ਇੱਕ ਥੋੜ੍ਹਾ ਪਿੱਛੇ ਰਹਿ ਗਿਆ। ਜਿਵੇਂ ਹੀ ਸਿੰਘ ਉਸ ਕਿਲ੍ਹੇ ਕੋਲ ਪਹੁੰਚਿਆ, ਉਸ ਕਿਲ੍ਹੇ ਦੇ ਦਰਬਾਰ ਨੇ ਦੇਖਿਆ ਕਿ ਇੱਥੇ ਕੋਈ ਆ ਰਿਹਾ। ਉਹਨੇ ਜਾ ਕੇ ਅੰਦਰ ਦੱਸਿਆ ਕਿ ਇਸ ਤਰ੍ਹਾਂ ਨਾ ਕੋਈ ਸਿੱਖ ਆ ਰਿਹਾ, ਕੋਈ ਸਿੰਘ ਆ ਰਿਹਾ। ਅਤੇ ਅੰਦਰੋਂ ਮੁਗਲ ਫੌਜ ਨੇ ਕਿਹਾ ਕਿ ਪਤਾ ਕਰ ਕਿੰਨੇ ਜਣੇ ਆ ਰਹੇ ਨੇ। ਜਦੋਂ ਉਸ ਸਿਪਾਹੀ ਨੇ ਉਸ ਕਿਲ੍ਹੇ ਦੇ ਰਾਖੇ ਨੇ ਪੁੱਛਿਆ, ਕਿੰਨੇ ਜਣੇ ਹੋ ਜੀ, ਕੌਣ ਕੌਣ ਆ ਰਿਹਾ? ਉਹਨਾਂ ਨੇ ਕੀ ਕਿਹਾ? ਸਵਾ ਲੱਖ ਫੌਜ ਆ ਗਈ ਹੈ, ਸਵਾ ਲੱਖ ਆ ਰਹੀ ਹੈ। ਸਿਰਫ ਇੰਨਾ ਬੋਲ ਕੇ ਹੀ ਉਹਨਾਂ ਨੇ ਉਸ ਕਿਲ੍ਹੇ 'ਤੇ ਫਤਿਹ ਕੀਤੀ। ਜਿਵੇਂ ਹੀ ਉਹਨਾਂ ਨੇ ਕਿਹਾ ਨਾ, ਸਵਾ ਲੱਖ ਫੌਜ ਆ ਗਈ, ਸਵਾ ਲੱਖ ਆ ਰਹੀ ਹੈ, ਉਹ ਰਾਖਾ ਅੰਦਰ ਗਿਆ, ਕਹਿੰਦਾ ਜੀ ਸਵਾ ਲੱਖ ਫੌਜ ਆ ਗਈ ਹੈ, ਸਵਾ ਲੱਖ ਆ ਰਹੀ ਹੈ। ਔਰ ਕਿਲ੍ਹੇ ਵਿੱਚ ਮਸਾਂ ਕੁਛ 100,000 ਜਣੇ, ਉਹਨਾਂ ਨੂੰ ਜੋ ਭਾਜੜਾ ਪਈਆਂ ਨਾ, ਉਹ ਪਿਛਲੇ ਗੇਟ 'ਚੋਂ ਭੱਜ ਗਏ। ਉੱਥੇ ਜੰਗ ਵੀ ਨਹੀਂ ਹੋਈ, ਸਿਰਫ ਸਾਡੇ ਬੋਲਾਂ ਦੇ ਅਤੇ ਵਿਸ਼ਵਾਸ ਦੇ ਆਧਾਰ 'ਤੇ। ਜੇ ਅਸੀਂ ਕਹੀਏ ਕਿ ਮੈਂ ਤਾਂ ਇਕੱਲਾ ਹੀ ਆਇਆ, ਇੱਕ ਹੋਰ ਆ ਰਿਹਾ, ਕੀ ਹੁੰਦਾ? ਸੋ ਮਹਾਰਾਜ ਨੇ ਸਾਡੀ ਮੈਂਟੈਲਿਟੀ, ਸਾਡਾ ਪਰਸਪੈਕਟਿਵ, ਸਾਡਾ ਆਊਟਲੁੱਕ ਚੇਂਜ ਕਰਨ ਵਾਸਤੇ ਬਹੁਤ ਕੁਛ ਬਖਸ਼ਿਆ, ਤਾਂ ਕਿ ਅਸੀਂ ਆਪਣੀ ਸਾਈਕੋਲੋਜੀਕਲ ਅਤੇ ਇਮੋਸ਼ਨਲ ਕੇਅਰ ਕਰ ਸਕੀਏ। ਲਾਈਫ ਇਜ਼ ਨੋਟ ਈਜ਼ੀ, ਲੈਟਸ ਫੇਸ ਇਟ।
ਜ਼ਿੰਦਗੀ ਬਹੁਤ ਆਸਾਨ ਤਾਂ ਨਹੀਂ ਹੈ, ਪਰ ਉਹਨੂੰ ਸਮੂਥ ਬਣਾਉਣ ਵਾਸਤੇ ਮਹਾਰਾਜ ਨੇ ਸਾਨੂੰ ਐਸਾ ਬਖਸ਼ਿਆ ਕਿ ਅਸੀਂ ਆਪਣੀ ਮੈਂਟੈਲਿਟੀ ਇੱਦਾਂ ਦੀ ਰੱਖੀਏ, ਅਸੀਂ ਸਾਈਕੋਲੋਜੀਕਲੀ, ਅਸੀਂ ਇਮੋਸ਼ਨਲੀ ਇਸ ਤਰ੍ਹਾਂ ਦੇ ਹੋਈਏ ਕਿ ਅਸੀਂ ਸਮੂਥ ਲਾਈਫ ਜੀ ਸਕੀਏ, ਅਸੀਂ ਚੜ੍ਹਦੀ ਕਲਾ ਵਿੱਚ ਰਹਿ ਸਕੀਏ। ਸਪਿਰਿਚੁਅਲ ਸੈਲਫ ਕੇਅਰ ਜਿੰਨੀ ਵੀ ਗੱਲ ਕਰੀਏ ਘੱਟ ਹੈ, ਪੂਰੀ ਬਾਣੀ ਗੁਰਬਾਣੀ ਹੀ ਸਾਡੀ ਸਪਿਰਿਚੁਅਲ ਸੈਲਫ ਕੇਅਰ ਵਾਸਤੇ ਹੈ, ਰਾਈਟ। ਸਵਾਸ ਸਵਾਸ ਸਿਮਰਨ ਦਾ ਕੋਨਸੈਪਟ ਕਿ ਅਸੀਂ ਹਰ ਵੇਲੇ ਮਹਾਰਾਜ ਦੇ ਭਗਤੀ 'ਚ ਰਹਿਣਾ, ਹਰ ਵੇਲੇ ਮਹਾਰਾਜ ਨੂੰ ਯਾਦ ਕਰਦੇ ਰਹਿਣਾ, ਵੋਟ ਇਜ਼ ਦੈਟ ਸਪਿਰਿਚੁਅਲ ਸੈਲਫ ਕੇਅਰ, ਕਿ ਅਸੀਂ ਮਹਾਰਾਜ ਨਾਲ ਹਰ ਵੇਲੇ ਜੁੜੇ ਹੋਏ ਹਾਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੰਗਾਂ ਤੋਂ ਬਾਅਦ ਦਮਦਮਾ ਸਾਹਿਬ ਆ ਕੇ ਠਹਿਰੇ, ਉਹਨਾਂ ਨੇ ਉੱਥੇ ਦਮ ਲਿਆ, ਉੱਥੇ ਨਾ ਮਹਾਰਾਜ ਬਾਣੀ ਲਿਖਵਾ ਰਹੇ ਸੀ ਭਾਈ ਮਨੀ ਸਿੰਘ ਜੀ ਤੋਂ, ਹੈ ਨਾ। ਅਤੇ ਇੱਕ ਵਾਰ ਇੱਕ ਸਿੱਖ ਇਸ ਤਰ੍ਹਾਂ ਬਾਣੀ ਪੜ੍ਹਦੇ ਆ ਨਾ, ਥੋੜ੍ਹਾ ਜਿਹਾ ਉਹਨਾਂ ਨੇ ਅੱਗੇ ਪਿੱਛੇ ਪੜ੍ਹਤਾ, ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਸੂਰਾ, ਇਹ ਉਹ ਗੁਰਸਿੱਖ ਪੜ੍ਹ ਰਹੇ ਸੀ, ਪਰ ਹੈ ਕਿ ਕਹਿ ਜਾਣੇ ਸੂਰਾ। ਹੁਣ ਜਿਵੇਂ ਹੀ ਗੁਰੂ ਸਾਹਿਬ ਨੇ ਪੜ੍ਹਿਆ, ਗੁਰੂ ਸਾਹਿਬ ਨੇ ਦੇਖਿਆ, ਤਾਂ ਮਹਾਰਾਜ ਨੇ ਕੀ ਕਿਹਾ ਕਿ ਬਾਣੀ ਨੂੰ ਸ਼ੁੱਧ ਪੜ੍ਹਨਾ ਬਹੁਤ ਜ਼ਰੂਰੀ ਹੈ। ਹੁਣ ਉਸ ਵੇਲੇ ਸਿੱਖਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਆਪ ਸਾਨੂੰ ਸੰਥਿਆ ਦਿਓ ਤਾਂ ਕਿ ਸਾਨੂੰ ਸਹੀ ਉਚਾਰਨ ਪਤਾ ਹੋਵੇ। ਮਹਾਰਾਜ ਨੇ ਇਸ ਤਰ੍ਹਾਂ ਸਿੱਖਾਂ ਨੂੰ ਫਿਰ ਉੱਥੇ ਸੰਥਿਆ ਦੇਣੀ ਸ਼ੁਰੂ ਕੀਤੀ, ਸ਼ੁੱਧ ਬਾਣੀ ਉਚਾਰਨ। ਬਾਣੀ ਜਦੋਂ ਅਸੀਂ ਸਹੀ ਉਚਾਰਾਂਗੇ ਤਾਂ ਹੀ ਸਾਨੂੰ ਉਹਦੇ ਮੀਨਿੰਗ ਵੀ ਸਹੀ ਸਮਝ ਆਉਣਗੇ, ਰਾਈਟ। ਹੁਣ ਜਦੋਂ ਉਹ ਸੰਥਿਆ ਦੀ ਸਮਾਪਤੀ ਹੋਈ, ਉਸ ਵੇਲੇ ਜਿੰਨੇ ਵੀ ਸਿੱਖਾਂ ਨੇ ਸੰਥਿਆ ਲਈ ਉਹ ਸਾਰੇ ਉੱਥੇ ਜੀਵਨ ਮੁਕਤ ਹੋ ਗਏ। ਦਿਸ ਇਜ਼ ਦ ਪਾਵਰ ਆਫ ਬਾਣੀ, ਬਾਣੀ ਦੀ ਇਹ ਪਾਵਰ ਹੈ। ਹੁਣ ਕੀ ਉੱਥੇ ਇਸ ਤਰ੍ਹਾਂ ਹੋਇਆ ਕਿ ਜਿੰਨੇ ਸੰਥਿਆ ਲਈ ਉਹਨਾਂ ਨਾਲ ਪੰਜ ਨੂੰ ਹੋਰ ਫੜ ਲਿਆ ਕਿ ਚਲੋ ਜੀ ਸਾਰੇ ਜੀਵਨ ਮੁਕਤ ਹੁੰਦੇ ਹਾਂ? ਜਿਹਦੇ ਅੰਦਰ ਉਹ ਬਾਣੀ ਗਈ ਉਹੀ ਹੋਇਆ ਨਾ। ਸੋ ਦੈਟ ਇਜ਼ ਸੈਲਫ ਕੇਅਰ, ਨੋ ਸਪਿਰਿਚੁਅਲ ਸੈਲਫ ਕੇਅਰ। ਸੋ ਬਹੁਤ ਸਾਰੇ ਕੋਨਸੈਪਟਸ ਹੈਗੇ, ਬਹੁਤ ਸਾਰੀਆਂ ਗੱਲਾਂ ਮਹਾਰਾਜ ਨੇ ਸਾਨੂੰ, ਬਹੁਤ ਸਾਰੇ ਐਸੇ ਉਦੇਸ਼ ਦਿੱਤੇ ਨੇ, ਬਹੁਤ ਸਾਰੀ ਸਿੱਖਿਆਵਾਂ ਦਿੱਤੀਆਂ ਨੇ ਜਿੱਥੋਂ ਸਾਨੂੰ ਸੈਲਫ ਕੇਅਰ ਦਾ। ਸੋ ਜਦੋਂ ਮਹਾਰਾਜ ਨੇ ਸੰਥਿਆ ਦਿੱਤੀ ਸਾਰਿਆਂ ਨੂੰ, ਹੈ ਨਾ, ਉਸ ਵੇਲੇ ਜਿੰਨੇ ਵੀ ਸਿੰਘਾਂ ਨੇ, ਜਿੰਨੇ ਵੀ ਸਿੱਖਾਂ ਨੇ, ਸੰਥਿਆ ਇਸ ਕਿ ਗੁਰਬਾਣੀ ਉਚਾਰਨ ਕਰੈਕਟ ਕਰਾਉਣਾ, ਠੀਕ ਹੈ, ਕਿ ਬਿਲਕੁਲ ਸ਼ੁੱਧ ਉਚਾਰਨ ਹੋਵੇ, ਜਿਵੇਂ ਅਸੀਂ ਲਿਖਿਆ, ਜਿਵੇਂ ਮਹਾਰਾਜ ਨੇ ਬਾਣੀ ਲਿਖੀ ਹੈ ਉਸ ਤਰ੍ਹਾਂ ਹੀ ਉਚਾਰੀ ਵੀ ਜਾਵੇ। ਜਿਵੇਂ ਹੁਣ ਬਹੁਤ ਛੋਟੀਆਂ ਛੋਟੀਆਂ ਕਈ ਵਾਰੀ ਅਸੀਂ ਮਾਤਰਾਵਾਂ ਗਲਤ ਪੜ੍ਹ ਜਾਂਦੇ ਹਾਂ, ਹੈ ਨਾ। ਮਹਾਰਾਜ ਨੇ ਕਿਹਾ ਉਹ ਸ਼ੁੱਧ ਪੜ੍ਹਨੀਆਂ ਨੇ, ਅਤੇ ਉਹੀ ਸ਼ੁੱਧ ਪੜ੍ਹਨੀ ਮਹਾਰਾਜ ਨੇ ਸਿਖਾਈ ਸਾਰਿਆਂ ਨੂੰ। ਉਹਨਾਂ ਨੇ ਆਪ ਸਾਰਿਆਂ ਨੂੰ ਇੱਕ ਇੱਕ ਪੰਕਤੀ ਦੱਸਿਆ ਕਿ ਕਿਵੇਂ ਪੜ੍ਹਨੀ ਹੈ, ਕੀ ਸਹੀ ਉਚਾਰਨ ਹੈ ਨਾ। ਅਤੇ ਜਦੋਂ ਉਹ ਸੰਥਿਆ ਦੀ ਸਮਾਪਤੀ ਹੋਈ, ਜਦੋਂ ਪੂਰਨ ਸੰਥਿਆ ਹੋਈ, ਤਾਂ ਜਿੰਨੇ ਵੀ ਸਿੱਖਾਂ ਨੇ ਉਹ ਸੰਥਿਆ ਲਈ ਸੀ ਉੱਥੇ ਜੀਵਨ ਮੁਕਤ ਹੋ ਗਏ। ਜੀਵਨ ਮੁਕਤ ਮਤਲਬ ਕਿ ਇਸ ਇਨਸਾਨੀ ਦੇਹੀ ਤੋਂ, ਇਸ ਇਨਸਾਨੀ ਜਨਮ ਮਰਨ ਦੇ ਗੇਟ ਤੋਂ ਉਹਨਾਂ ਨੇ ਮੁਕਤੀ ਪਾ ਲਈ। ਹੁਣ ਜਿਨ੍ਹਾਂ ਨੇ ਵੀ ਸੰਥਿਆ ਲਈ, ਕੀ ਉਹ ਇਹ ਕਰ ਸਕਦੇ ਸੀ ਕਿ ਅੱਛਾ ਮੈਨੂੰ ਮੁਕਤੀ ਮਿਲ ਰਹੀ ਹੈ ਨਾ,
ਮੈਂ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਚੱਲਾਂ, ਕੀ ਉਹ ਕਰ ਸਕਦੇ ਸੀ? ਨਹੀਂ। ਸੋ ਜਿਨ੍ਹਾਂ ਨੂੰ ਸੰਥਿਆ ਮਿਲੀ, ਜਿਨ੍ਹਾਂ ਦੇ ਅੰਦਰ ਉਹ ਬਾਣੀ ਗਈ, ਉਹਨਾਂ ਨੂੰ ਹੀ ਮੁਕਤੀ ਮਿਲੀ ਨਾ। ਅਤੇ ਉਹ ਸੈਲਫ ਵਾਸਤੇ ਹੀ ਤਾਂ ਹੈ, ਸਾਡੇ ਨਾਲ ਸਾਰੇ ਬਾਕੀ ਤਾਂ ਮੁਕਤ ਨਹੀਂ ਹੋਏ। ਹਾਂ, ਅਸਰ ਜ਼ਰੂਰ ਜਾਂਦਾ ਫੈਮਿਲੀ 'ਤੇ, ਸਾਡੇ ਨਾਲ ਦਿਆਂ 'ਤੇ ਅਸਰ ਜਾਂਦਾ ਹੈ, ਪਰ ਜੋ ਇੱਕ ਮੇਨ ਘੜਾ ਭਰਦਾ ਹੈ ਉਹ ਸਾਡਾ ਆਪਣਾ ਹੀ ਹੈ। ਸੋ ਦਿਸ ਇਜ਼ ਵਾਟ ਸੈਲਫ ਕੇਅਰ ਇਜ਼। ਇੱਥੇ ਤੱਕ ਕਿਸੇ ਨੂੰ ਕੋਈ ਸਵਾਲ, ਕੋਈ ਡਾਊਟਸ ਹੋਣ? ਹਾਂਜੀ। ਸੋਰੀ, ਮੈਨੂੰ ਸਵਾਲ ਨਹੀਂ ਸਮਝ ਆਇਆ। ਪਿਓਰ ਹੈ ਤੇ ਰੋਵੋ, ਬਿਲਕੁਲ ਰੋਵੋ, ਰੋਣਾ ਆ ਰਿਹਾ ਨਾ, ਪਿਓਰ ਹੈ, ਰੋਵੋ। ਅਸੀਂ ਜਦੋਂ ਕਹਿੰਦੇ ਹਾਂ ਰੋਣਾ ਕਿਉਂ ਹੈ, ਅਸੀਂ ਜਦੋਂ ਕਹਿੰਦੇ ਹਾਂ ਮੈਨ ਡੋਂਟ ਕਰਾਈ, ਡੋਂਟ ਕਰਾਈ ਲਾਈਕ ਗਰਲਸ, ਕੁੜੀਆਂ ਵਾਂਗ ਨਾ ਰੋਵੋ, ਕਿਉਂ ਨਹੀਂ ਰੋਣਾ? ਖੁਸ਼ੀ ਹੈ, ਗਮੀ ਹੈ, ਸਾਨੂੰ ਫੀਲ ਹੋਏਗਾ, ਉਸ ਵੇਲੇ ਰੋ ਲਓ। ਜਿੰਨਾ ਅਸੀਂ ਆਪਣੇ ਇਮੋਸ਼ਨਸ ਨੂੰ ਰੋਕਾਂਗੇ, ਦਬਾਵਾਂਗੇ, ਆਪਣੇ ਆਪ ਨੂੰ ਫੀਲ ਨਹੀਂ ਕਰਨ ਦੇਵਾਂਗੇ ਨਾ, ਉਹਨੇ ਉਹ ਦੱਬਦੇ ਜਾਣਗੇ, ਅਤੇ ਜਦੋਂ ਦੱਬ ਜਾਣਗੇ ਫਿਰ ਉਹ ਪੁੱਠੀਆਂ ਸਿੱਧੀਆਂ ਤਰੀਕੇ ਨਾਲ ਨਿਕਲਦੇ ਨੇ, ਸਾਨੂੰ ਐਂਗਜ਼ਾਇਟੀ ਹੋ ਜਾਂਦੀ ਹੈ, ਘਬਰਾਹਟ ਹੋਣ ਲੱਗਦੀ ਹੈ, ਅਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ, ਸਾਨੂੰ ਬਿਮਾਰੀਆਂ ਹੋਣ ਲੱਗਦੀਆਂ ਨੇ, ਸਰੀਰਕ ਬਿਮਾਰੀਆਂ, ਕਿਧਰੇ ਵੀ ਦਰਦਾਂ ਹੋਣ ਲੱਗ ਪੈਣਗੀਆਂ, ਉਹ ਸਾਡੇ ਇਮੋਸ਼ਨਸ ਦੱਬੇ ਹੋਏ ਨਿਕਲ ਰਹੇ ਹੁੰਦੇ ਨੇ। ਸੋ ਇਮੋਸ਼ਨਸ ਨੂੰ ਤਾਂ ਨਹੀਂ ਦਬਾਉਣਾ, ਰੋਣਾ ਆ ਰਿਹਾ ਨਾ, ਖੁੱਲ੍ਹ ਕੇ ਰੋਵੋ, ਜਦੋਂ ਤੱਕ ਮਨ ਹਲਕਾ ਨਾ ਹੋ ਜਾਏ ਰੋਵੋ। ਰੋਣਾ ਬਹੁਤ ਹੀ ਇੱਕ ਹੈਲਦੀ ਵੇ ਆਫ ਵੈਂਟਿੰਗ ਆਊਟ ਹੈ, ਹੈਲਦੀ ਵੇ ਹੈ ਆਪਣੇ ਮਨ ਨੂੰ ਹਲਕਾ ਕਰਨ ਦਾ, ਸੋ ਰੋਵੋ। ਮੈਨੂੰ ਪਰਸਨਲੀ ਰੋਣਾ ਬਹੁਤ ਪਸੰਦ ਹੈ, 2-4 ਦਿਨਾਂ 'ਚ ਇੱਦਾਂ ਵਿਹਲੇ ਹੀ ਰੋ ਲਈਦਾ ਕਿ ਨਿਕਲ ਜਾਏ ਸਾਰਾ। ਹੋਰ ਕੋਈ ਸਵਾਲ ਜੀ ਕਿਸੇ ਦਾ? ਹਾਂਜੀ। ਸੋਰੀ, ਪਲੀਜ਼ ਇੱਕ ਇੱਕ ਕਰਕੇ, ਮੈਨੂੰ ਨਹੀਂ ਸਮਝ ਆਈ। ਦੇਰ ਇਜ਼ ਅ ਲਿਟਲ ਡਿਫਰੈਂਸ, ਠੀਕ ਹੈ। ਅਸੀਂ ਭਾਵੇਂ ਦੁੱਖ ਵੀ ਹੈ ਨਾ, ਮਹਾਰਾਜ ਨੇ ਇਹ ਨਹੀਂ ਕਿਹਾ ਕਿ ਦੁੱਖ ਤੁਸੀਂ ਦੇਖਣਾ ਹੀ ਨਹੀਂ, ਰਾਈਟ? ਮਹਾਰਾਜ ਨੇ ਪੂਰੀ ਬਾਣੀ 'ਚ ਇਮੋਸ਼ਨਸ ਦੀ ਗੱਲ ਕੀਤੀ ਹੈ ਨਾ। ਜੇ ਅਸੀਂ ਇੱਕ ਐਗਜ਼ਾਮਪਲ ਲਈਏ, ਜਦੋਂ
ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਵੱਡੇ ਸਾਹਿਬਜ਼ਾਦੇ ਜੰਗ ਸ਼ਹੀਦ ਹੋਏ, ਮਾਤਾਵਾਂ ਨੂੰ ਦੁੱਖ ਲੱਗਿਆ ਨਾ, ਜਾਇਜ਼ ਜੀ ਗੱਲ ਹੈ, ਲੱਗਿਆ ਨਾ, ਗੁਰੂ ਸਾਹਿਬ ਨੇ ਮਨਾ ਕੀਤਾ ਦੁੱਖ ਨਹੀਂ ਫੀਲ ਕਰਨਾ? ਮਹਾਰਾਜ ਨੇ ਇੱਕ ਪੋਜ਼ਿਟਿਵ ਪਰਸਪੈਕਟਿਵ ਦਿੱਤਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਪੁੱਤ ਚਾਰ ਜੀਵਤ ਕਈ ਹਜ਼ਾਰ। ਪਰ ਮਹਾਰਾਜ ਨੇ ਕਿਧਰੇ ਨਹੀਂ ਕਿਹਾ ਕਿ ਐਜ਼ ਅ ਮਦਰ ਤੁਸੀਂ ਉਹ ਦੁੱਖ ਨਾ ਫੀਲ ਕਰੋ। ਮਹਾਰਾਜ ਨੇ ਕਿਹਾ ਕਿ ਦੁੱਖ ਹੈ, ਹੈ, ਬਿਲਕੁਲ ਬਿਲਕੁਲ, ਨੋਟ ਐਟ ਆਲ, ਬਿਲਕੁਲ ਸਟਾਰਟਿੰਗ ਪੁਆਇੰਟ ਇਹ ਸੀ, ਇਟਸ ਅ ਡਿਸਕਸ਼ਨ। ਬਿਲਕੁਲ, ਉਹ ਥਰੂ ਤੇ ਰੁਕ ਸਕਦੇ ਵੀ ਨਹੀਂ। ਬਿਲਕੁਲ, ਹੁਣ ਇਹਦੇ ਜੇ ਅਸੀਂ ਥੋੜਾ ਜਿਹਾ ਇੱਕ ਵਰਡ ਦੀ ਗੱਲ ਕਰੀਏ ਕਿ ਉਹਨਾਂ ਨੂੰ ਰੋਕਣ ਵਾਸਤੇ ਨਹੀਂ, ਉਹਨਾਂ ਨੂੰ ਬਦਲਣ ਵਾਸਤੇ, ਨਾ, ਐਗਜੈਕਟਲੀ। ਸੋ ਦੇਰ ਇਜ਼ ਦਿਸ ਡਿਫਰੈਂਸ ਕਿ ਅਸੀਂ ਉਹਨਾਂ ਅਥਰੂਆਂ ਨੂੰ ਵੀ ਰੋਕਣਾ ਨਹੀਂ ਹੈ, ਨਹੀਂ ਨਹੀਂ ਬਿਲਕੁਲ ਨਹੀਂ, ਬਿਲਕੁਲ ਨਹੀਂ, ਬਟ ਦਿਸ ਇਜ਼, ਯੂ ਨੋ, ਦਿਸ ਇਜ਼ ਵੇਅਰ ਕਿ ਅਸੀਂ ਰੋਕਣਾ ਤਾਂ ਉਹਨਾਂ ਨੂੰ ਵੀ ਨਹੀਂ ਹੈ, ਬਟ ਐਗਜੈਕਟਲੀ ਕਿ ਪਹਿਲੇ ਸੈਲਫ ਅਵੇਅਰਨੈਸ ਹੋਏ, ਮੈਨੂੰ ਦੁੱਖ ਹੋ ਰਿਹਾ, ਮੈਨੂੰ ਸਮਝ 'ਤੇ ਆਏ, ਮੈਨੂੰ ਕੁਛ ਫੀਲ ਹੋ ਰਿਹਾ, ਮੈਨੂੰ ਸਮਝ 'ਤੇ ਆਏ, ਤਾਂ ਹੀ ਆਈ ਵਿਲ ਸਰਚ ਫੋਰ ਵੇ ਟੂ ਨੋਟ ਫੀਲ ਇਟ ਔਰ ਟੂ, ਯੂ ਨੋ, ਫੀਲ ਬੈਟਰ ਇਨ ਅ ਵੇ। ਠੀਕ ਹੈ, ਕਿ ਮੇਰਾ ਇੱਕ ਹੋਰ ਗੁਰੂ ਸਾਹਿਬ ਵੱਲ ਧਿਆਨ ਜਾਵੇ, ਇੱਕ ਪੋਜ਼ਿਟਿਵ ਪਰਸਪੈਕਟਿਵ ਮੇਰਾ ਹੋਏ, ਉਹਦੇ ਵਾਸਤੇ ਪਹਿਲੇ ਸਮਝ 'ਤੇ ਆਏ ਕਿ ਮੇਰਾ ਫਿਲਹਾਲ ਨੈਗੇਟਿਵ ਹੈ। ਸੋ ਜਦੋਂ ਮੈਨੂੰ ਸਮਝ ਆਏਗਾ ਕਿ ਮੈਨੂੰ ਦੁੱਖ ਫੀਲ ਹੋ ਰਿਹਾ ਹੈ, ਮੈਨੂੰ ਰੋਣਾ ਆਏਗਾ, ਬਹੁਤ ਨੈਚੁਰਲ ਪ੍ਰੋਸੈਸ ਹੈ, ਔਰ ਉਸ ਵੇਲੇ ਵੀ ਰੋਣਾ ਰੋਕਣਾ ਨਹੀਂ ਹੈ, ਦਬਾਉਣਾ ਨਹੀਂ ਹੈ, ਅਸੀਂ ਰੋਈਏ ਵਿਦ ਅ ਪਰਸਪੈਕਟਿਵ ਕਿ ਮਹਾਰਾਜ ਹੈਗੇ, ਉਹਨਾਂ ਦਾ ਹੀ ਇਹ ਦੇਣਾ ਹੈ। ਜਿਵੇਂ ਭਾਈ ਸਾਹਿਬ ਜੀ ਨੇ ਕਿਹਾ ਸੀ, ਇਹ ਪੇ ਦਾਤ ਤੇਰੀ ਦਾਤਾਰ, ਇਹ ਜਿਹੜਾ ਦੁੱਖ ਵੀ ਆ ਰਿਹਾ ਹੈ, ਇਹ ਵੀ ਤੁਹਾਡੀ ਦਾਤ ਹੀ ਹੈ। ਸੋ ਉਸ ਪਰਸਪੈਕਟਿਵ ਤੱਕ ਪਹੁੰਚਣ ਵਾਸਤੇ ਵੀ ਨੀਡ ਟੂ ਅੰਡਰਸਟੈਂਡ ਦੁੱਖ ਹੈ। ਜੇ ਦੁੱਖ ਹੀ ਨਹੀਂ ਸਮਝਾਂਗੇ ਤਾਂ ਉਹਨੂੰ ਅਸੀਂ ਐਜ਼ ਦਾਤ ਵੀ ਨਹੀਂ ਸਮਝ ਸਕਦੇ। ਸੋ ਉਹ ਪੁਆਇੰਟ ਹੈ ਕਿ ਅਸੀਂ ਰੋਕਣਾ ਤਾਂ ਉਸ ਵੀ ਰੋਣੇ ਨੂੰ ਨਹੀਂ ਹੈ, ਉਹਨੂੰ ਵੀ ਵਹਿਣ ਦਿਓ ਵਿਦ ਅ ਪਰਸਪੈਕਟਿਵ। ਇਹ ਪੇ
ਬੁੱਧੀ ਦਾ ਪੁਆਇੰਟ ਹੈ ਜੀ ਜਿਹੜਾ ਮੈਂ ਗੱਲ ਕਰ ਰਿਹਾ, ਤੁਸੀਂ ਕਰ ਰਹੇ ਹੋ ਦਿਮਾਗ ਦੇ ਆਧਾਰ ਗੱਲ ਕਰ ਰਹੇ ਹੋ, ਇਹ ਜਿਹੜਾ ਪੁਆਇੰਟ ਹੈ ਇਹ ਸਾਈਕੋਲੋਜੀ ਦਾ ਪੁਆਇੰਟ ਹੈ। ਸੋ ਆਈ ਅਗਰੀ, ਕਾਫੀ ਅੱਛਾ ਲੱਗ ਰਿਹਾ ਸੀ ਔਰ ਇਹੀ ਇੱਕ ਉਹੀ ਭੈਣ ਜੀ ਨੇ ਕਿਹਾ ਕਿ ਉਹ ਅਥਰੂ ਰੁਕਣੇ ਨਹੀਂ ਪਰ ਇੱਕ ਇੱਕ ਟਾਈਮ ਤੋਂ ਬਾਅਦ ਉਹ ਬਦਲਣੇ ਚਾਹੀਦੇ ਨੇ, ਕਿ ਇਹ ਵੀ ਨਹੀਂ ਕਿ ਅਸੀਂ ਉਸ ਚੀਜ਼ ਨੂੰ ਲੈ ਕੇ ਸਿਰਫ ਰੋਂਦੇ ਰਹੀਏ ਅਤੇ ਇਹ ਵੀ ਨਹੀਂ ਕਿ ਉਹਨਾਂ ਨੂੰ ਦਬਾ ਦਈਏ। ਸੋ ਇੱਕ ਉਹ ਪਰਸਪੈਕਟਿਵ ਕਿ ਰੋਣਾ ਆ ਰਿਹਾ ਰੋਵੋ, ਪਰ ਜਿਵੇਂ ਭੈਣ ਜੀ ਨੇ ਕਿਹਾ ਕਿ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਬਦਲਣਾ ਹੈ, ਭਾਣੇ ਵੱਲ ਅਸੀਂ ਜਾਣਾ ਹੈ। ਸੋ ਰੀਅਲੀ ਸੋਰੀ, ਡਿਸਕਸ਼ਨ ਦੇ ਹੋਰ ਕਾਫੀ ਟੋਪਿਕਸ ਹੈਗੇ ਸੀ ਬਟ ਥੋੜ੍ਹਾ ਜਿਹਾ ਅਸੀਂ ਇੱਥੇ ਫਾਸਟ ਫੋਰਵਰਡ ਕਰਾਂਗੇ। ਓਕੇ, ਸੋ ਇੱਕ ਛੋਟੀ ਜਿਹੀ ਗੇਮ ਹੈਗੀ ਸਾਡੇ ਸਾਰਿਆਂ ਵਾਸਤੇ। ਇਹ ਕੁਛ ਸਲਿਪਸ ਹੈਗੀਆਂ, ਕੁਛ ਪੰਜਾਬੀ 'ਚ ਨੇ, ਕੁਛ ਇੰਗਲਿਸ਼ 'ਚ ਨੇ। ਸੋ ਜਿਨ੍ਹਾਂ ਨੂੰ ਜੋ ਕੰਫਰਟੇਬਲ ਨੇ ਆਪ ਜੀ ਉਹ ਲੈ ਲਓ।
ਬੇਸਿਕਲੀ ਸਾਰਿਆਂ ਨੇ ਬਹੁਤ ਟਾਈਮ ਪਹਿਲੇ ਅਸੀਂ ਬਿੰਗੋ ਖੇਲਦੇ ਸੀ, ਬਿੰਗੋ ਇੱਕ ਗੇਮ ਹੈਗੀ ਹੈ ਨਾ, ਇਹਦੇ 'ਚ ਤੁਹਾਨੂੰ ਇੱਕ ਟੇਬਲ ਵਿੱਚ ਕਾਫੀ ਸਾਰੀਆਂ ਐਕਟੀਵਿਟੀਜ਼ ਲਿਖੀਆਂ ਹੋਈਆਂ ਨੇ, ਇੱਕ ਸਾਡੇ ਐਵਰੀਡੇ ਲਾਈਫ ਦੀਆਂ, ਸਾਡੇ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਕੁਛ ਸੈਲਫ ਕੇਅਰ ਐਕਟੀਵਿਟੀਜ਼। ਹੁਣ ਅਸੀਂ ਕੀ ਕਰਨਾ ਹੈ ਕਿ ਅਸੀਂ ਉਹਨਾਂ ਐਕਟੀਵਿਟੀਜ਼ ਨੂੰ ਕੱਟ ਆਫ ਕਰਨਾ ਹੈ, ਉਹਨਾਂ ਐਕਟੀਵਿਟੀਜ਼ ਨੂੰ ਅਸੀਂ ਕੱਟ ਕਰ ਦੇਣਾ ਹੈ ਜੋ ਕਿ ਅਸੀਂ ਜੈਨੂਇਨਲੀ ਕਰਦੇ ਹਾਂ। ਤੁਸੀਂ ਕਿਸੇ ਨੂੰ ਨਹੀਂ ਦੱਸਣਾ ਆਪਣੇ ਆਸ ਪਾਸ, ਜੇ ਚਾਹੋ ਤਾਂ ਆਪਣੀ ਐਗਜ਼ਾਮ ਸ਼ੀਟ ਦੀ ਤਰ੍ਹਾਂ ਛੁਪਾ ਸਕਦੇ ਹੋ ਉਹਨੂੰ, ਠੀਕ ਹੈ। ਅਸੀਂ ਸੋ ਜਿਹਦਾ ਵੀ ਹਿੰਦੀ ਨਹੀਂ ਹੈ, ਸੋਰੀ ਇੰਗਲਿਸ਼ ਅਤੇ ਪੰਜਾਬੀ ਹੈ, ਸੋ ਤੁਸੀਂ ਜਿਹੜੀ ਵੀ ਸੈਲਫ ਕੇਅਰ ਐਕਟੀਵਿਟੀ ਆਪਣੇ ਵਾਸਤੇ ਕਰਦੇ ਹੋ ਰੋਜ਼ਾਨਾ, ਉਹ ਅਸੀਂ ਕੱਟ ਕਰ ਦੇਣੀ ਹੈ। ਜਿਹਦੀ ਫਸਟ ਰੋਅ, ਸੈਕਿੰਡ ਰੋਅ, ਥਰਡ ਰੋਅ ਡਾਇਗਨਲ ਫੁੱਲ ਹਾਊਸ ਹੋਏ ਉਹਦੇ ਵਾਸਤੇ ਚੋਕਲੇਟਸ। ਸੋ ਇੱਕ ਵਾਰ ਸਾਰਿਆਂ ਨੂੰ ਮਿਲ ਜਾਣ, ਫਿਰ ਅਸੀਂ ਸ਼ੁਰੂ ਕਰ। ਹਾਂਜੀ, ਸੋ ਆਪ ਜੀ ਕੋਲ ਇੱਕ ਸਲਿੱਪ ਪਹੁੰਚੇਗੀ ਜਿਹਦੇ ਵਿੱਚ ਇੱਕ ਟੇਬਲ ਫੋਰਮੈਟ 'ਚ ਕਾਫੀ ਸਾਰੀਆਂ ਐਕਟੀਵਿਟੀਜ਼ ਲਿਖੀਆਂ ਹੋਈਆਂ ਨੇ ਕਿ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੀ ਕਰਦੇ ਹਾਂ, ਕੀ ਨਹੀਂ ਕਰਦੇ। ਤੁਸੀਂ ਇਹ ਦੇਖਣਾ ਹੈ ਕਿ ਅਸੀਂ ਆਪਣੀ ਲਾਈਫ ਵਿੱਚ ਰੈਗੂਲਰ ਬੇਸਿਸ 'ਤੇ ਇਹਨਾਂ 'ਚੋਂ ਕੀ ਕਰਦੇ ਹਾਂ, ਠੀਕ ਹੈ। ਜੋ ਤੁਸੀਂ ਜੈਨੂਇਨਲੀ ਕਰਦੇ ਹੋ ਉਹਨੂੰ ਕੱਟ ਕਰ ਦਿਓ। ਅਜੇ ਕੋਈ ਸ਼ੁਰੂ ਨਾ ਕਰੇ, ਪਲੀਜ਼, ਸਾਰਿਆਂ ਨੂੰ ਪਹਿਲੇ ਮਿਲ ਜਾਏ, ਉਹਨਾਂ ਨੂੰ ਤੁਸੀਂ ਕੱਟ ਕਰ ਦਿਓ, ਅਤੇ ਫਿਰ ਜਿਹਦਾ ਸਭ ਤੋਂ ਪਹਿਲੇ ਫਸਟ ਲਾਈਨ, ਸੈਕਿੰਡ ਲਾਈਨ, ਥਰਡ ਲਾਈਨ, ਡਾਇਗਨਲ ਅਤੇ ਫੁੱਲ ਹਾਊਸ ਹੋਏਗਾ ਉਹਨਾਂ ਵਾਸਤੇ ਚੋਕਲੇਟਸ। ਡੇਲੀ ਇਸ ਕਰਕੇ ਨਹੀਂ ਲਿਖਿਆ ਗਿਆ ਕਿਉਂਕਿ ਹਰ ਇੱਕ ਨੂੰ ਐਕਸੈਸ ਨਹੀਂ ਹੁੰਦਾ। ਹੁਣ ਜਿਵੇਂ ਫੋਰ ਐਗਜ਼ਾਮਪਲ, ਜੇ ਕੋਈ ਬੈਂਗਲੋਰ ਰਹਿੰਦਾ ਹੈ ਨਾ, ਅਤੇ 2-2.5-3 ਘੰਟੇ ਦਾ ਰਸਤਾ ਗੁਰਦੁਆਰਾ ਸਾਹਿਬ ਜਾਣ ਨੂੰ, ਰੋਜ਼ਾਨਾ ਕਈ ਵਾਰ ਨਹੀਂ ਹੋ ਪਾਉਂਦਾ ਹੈ ਨਾ, ਮਤਲਬ ਡੇਲੀ ਨਹੀਂ ਹੋ ਪਾਉਂਦਾ ਉਹ, ਇਸ ਕਰਕੇ ਰੈਗੂਲਰਲੀ ਲਿਖਿਆ ਹੈ। ਜੇ ਅਸੀਂ ਰੋਜ਼ ਜਾ ਪਾਉਂਦੇ ਹਾਂ ਗਿਵਨ ਦੀ ਐਕਸੈਸ, ਪਰਫੈਕਟ, ਨਹੀਂ ਤਾਂ ਇੱਕ ਧਿਆਨ ਵਿੱਚ ਹੋਣਾ ਚਾਹੀਦਾ ਕਿ ਅਸੀਂ ਰੈਗੂਲਰ 'ਤੇ ਜਾਣਾ ਹੈ। ਹੁਣ ਹੁਣ ਸਾਡੇ ਮਨ ਦੀ ਗੱਲ ਹੈ, ਅਸੀਂ ਟਿੱਕ ਕਰਦੇ ਹਾਂ ਨਹੀਂ ਕਰਦੇ। ਹਾਂਜੀ, ਸਾਰਿਆਂ ਨੂੰ ਮਿਲ ਗਈਆਂ ਜੀ ਸਲਿਪਸ, ਰਹਿ ਗਈ ਲਿਖ ਲਓ ਸਲਿਪਸ ਖਤਮ। ਹਾਂਜੀ, ਸਾਰਿਆਂ ਨੂੰ ਮਿਲ ਗਈਆਂ ਜੀ, ਸਾਰਿਆਂ ਨੇ ਪੜ੍ਹ ਲਿਆ, ਨਹੀਂ ਮਿਲੀ ਅਸੀਂ ਨਾ। ਹਾਂਜੀ,
ਅਸੀਂ ਨਾ ਸ਼ੇਅਰ ਕਰ ਲਈਏ ਤੇ ਆਪਣੀ ਕਾਪੀਜ਼ ਵਿੱਚ ਕਰ ਲਈਏ। ਜੋ ਨਹੀਂ ਕਰਦੇ ਉਹ ਨਹੀਂ ਕੱਟ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੂੰ ਵੀ ਸਲਿਪਸ ਨਹੀਂ ਮਿਲੀ, ਪਲੀਜ਼ ਆਪਣੇ ਆਈਟ ਸਾਈਡ 'ਤੇ ਦੇਖ ਲਓ ਜਿਹੜੇ ਆਪਸ਼ਨ ਲਿਖੇ ਹੋਏ ਨੇ, ਆਪਸ਼ਨ 1, ਆਪਸ਼ਨ 2, ਆਪਸ਼ਨ 3, ਆਪਸ਼ਨ 4, ਉਹਦੇ ਉੱਤੇ ਤੁਸੀਂ ਆਪਣੀ ਸਿਰਫ ਰੈਂਕਿੰਗ ਕਰ ਲਓ ਕਿ ਕਿਹੜਾ ਤੁਸੀਂ ਫੋਲੋ ਕਰਦੇ ਹੋ ਜਾਂ ਕਿਹੜਾ ਨਹੀਂ ਕਰਦੇ। ਹਾਂ, ਉਹ ਵੀਰ ਜੀ ਕਹਿ ਰਹੇ ਨੇ ਕਿ ਉਹ ਅਸੀਂ ਆਪਣੀ ਇਮਾਨਦਾਰੀ ਨਾਲ ਕਰਨਾ, ਉਹ ਪਹਿਲੇ ਦੱਸਿਆ ਗਿਆ ਸੀ ਜੀ। ਸੋ ਹੁਣ ਆਈਲ ਕਾਊਂਟ ਟਿਲ 5, ਠੀਕ ਹੈ ਜੀ। 5 ਕਾਊਂਟਿੰਗ ਹੋਣ ਤੱਕ ਅਸੀਂ ਫਿਰ ਪ੍ਰਾਈਜ਼ ਦੇਖਦੇ ਹਾਂ, ਠੀਕ ਹੈ ਜੀ। 1, 2, 3, 4, 5। ਫਸਟ ਲਾਈਨ ਕਿਹਦੀ ਪੂਰੀ? ਜ਼ਿਆਦਾ ਹੋ ਗਈ। ਜੀ, ਫਸਟ ਲਾਈਨ ਕਿਹਦੀ ਪੂਰੀ? ਸੈਕਿੰਡ ਲਾਈਨ ਜਿਹਦਾ ਫੁੱਲ ਹੈ ਉਹ ਹੋਰ ਕਿਸੇ ਲਾਈਨ 'ਚ ਨਹੀਂ ਪਾਰਟੀਸਿਪੇਟ ਕਰ ਸਕਦਾ। ਫੁੱਲ ਹਾਊਸ ਕਿੱਦਾਂ ਹੋਇਆ ਜਿਹਨੂੰ ਜੋ ਸਾਰੇ ਕੀਤੇ ਨੇ? ਇੰਨੀਆਂ ਤਾਂ ਹੋ ਜਾਣਗੀਆਂ, ਗੁੱਡ, ਠੀਕ ਹੈ ਜੀ। ਸੋ ਹੁਣ ਜਿਹਦੇ ਜਿਹਦੇ ਫੁੱਲ ਹਾਊਸ ਹੈ, ਫੁੱਲ ਹਾਊਸ। ਸੋ ਅਸੀਂ ਸਿਰਫ ਫੁੱਲ ਹਾਊਸ ਦਾ ਪ੍ਰਾਈਜ਼ ਰੱਖ ਰਹੇ ਹਾਂ ਕਿਉਂਕਿ ਚੋਕਲੇਟਸ ਘੱਟ ਨੇ, ਸੋਰੀ। ਫੁੱਲ ਹਾਊਸ ਬਾਕੀ ਚੋਕਲੇਟਸ ਇੱਧਰ ਦੀਆਂ, ਹਾਂਜੀ ਚੋਕਲੇਟਸ ਘੱਟ ਨੇ। ਜਿਹਦਾ ਜਿਹਦਾ ਫੁੱਲ ਹਾਊਸ ਹੈ ਉਹਨਾਂ ਵਾਸਤੇ ਚੋਕਲੇਟਸ। ਉਹ ਹੁਣ ਆਪਣੀ ਸੱਚਾਈ ਇਹ ਹੁਣ ਅਸੀਂ ਇਹਨਾਂ ਤੇ ਵਿਸ਼ਵਾਸ ਕਰ ਰਹੇ ਹਾਂ ਨਾ ਕਿ ਅਸੀਂ ਇੰਨੇ ਟਾਈਮ ਤੋਂ ਸਕੋਰ ਸੀ ਚਾਹ ਰਹੇ ਤੇ ਸੱਚਾਈ ਨਾਲ ਹੀ ਭਰਿਆ ਨਹੀਂ ਆ ਰਿਹਾ, ਅਸੀਂ ਉਹਦੇ ਤੇ ਆ ਰਹੇ ਹਾਂ ਜੀ ਜੀ। ਸੋ ਅੱਗੇ ਵੱਧਦੇ ਹਾਂ। ਬੇਸਿਕਲੀ ਇਹ ਗੇਮ ਇਸ ਵਾਸਤੇ ਸੀ ਕਿ ਅਸੀਂ ਸਮਝ ਸਕੀਏ ਸੈਲਫ ਕੇਅਰ ਵਿੱਚ ਕੁਛ ਐਗਜ਼ਾਮਪਲਸ ਅਸੀਂ ਕਰ ਕੀ ਸਕਦੇ ਹਾਂ ਆਪਣੀ ਐਵਰੀ ਡੇ ਲਾਈਫ ਵਿੱਚ, ਠੀਕ ਹੈ। ਮਤਲਬ ਕਿ ਵਾਹਿਗੁਰੂ। ਸੋ ਹੁਣ ਸੈਲਫ ਕੇਅਰ ਨਾ ਇੱਕੋ ਹੀ ਉਹ SOS ਦਵਾਈ ਨਹੀਂ ਹੈ ਕਿ ਪੇਟ ਦਰਦ ਹੋਈ ਤਾਂ ਖਾ ਲਈ। ਸੈਲਫ ਕੇਅਰ ਇੱਕ ਹੈਬਿਟ ਫੋਰਮੇਸ਼ਨ ਹੈ ਕਿ ਅਸੀਂ ਰੋਜ਼ਾਨਾ ਕਰ ਰਹੇ ਹਾਂ ਤਾਂ ਹੀ ਸਾਨੂੰ ਕੋਈ ਬੈਨੀਫਿਟ ਹੋਏਗਾ, ਰਾਈਟ। ਮਹਾਰਾਜ ਨੇ ਨਿਤਨੇਮ ਦਿੱਤਾ ਹੈ ਕਿ ਅਸੀਂ ਰੋਜ਼ਾਨਾ ਕਰਨਾ ਇੱਕ ਰੀਜ਼ਨ ਕਰਕੇ, ਰਾਈਟ। ਸੋ ਉਹ ਵੀ ਸੈਲਫ ਕੇਅਰ ਅਸੀਂ ਰੋਜ਼ਾਨਾ ਕਰ ਰਹੇ ਹਾਂ ਨਾ। ਸੋ ਸੈਲਫ ਕੇਅਰ ਇੱਕ ਹੈਬਿਟ ਹੈ ਜੋ ਅਸੀਂ ਰੋਜ਼ ਕਰਨੀ ਹੈ, ਰੈਗੂਲਰਲੀ ਕਰਨੀ ਹੈ।
ਇੱਕ ਦੋ ਦਿਨ ਨਹੀਂ ਹੋ ਪਾਉਂਦੀ ਸੈਲਫ ਕੇਅਰ, ਨਿਤਨੇਮ ਨਹੀਂ ਸੈਲਫ ਕੇਅਰ, ਤਾਂ ਇਟਸ ਓਕੇ, ਠੀਕ ਹੈ। ਲੇਕਿਨ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਾਡੇ ਉਹ ਐਵਰੀਡੇ ਲਾਈਫ ਵਿੱਚ ਸੈਲਫ ਕੇਅਰ ਆ ਸਕੇ, ਅਸੀਂ ਰੋਜ਼ਾਨਾ ਉਸ ਚੀਜ਼ ਨੂੰ ਅਡਾਪਟ ਕਰ ਸਕੀਏ। ਸੋ ਹੁਣ ਜਿੰਨੀਆਂ ਵੀ ਐਕਟੀਵਿਟੀਜ਼ ਲਿਖੀਆਂ ਨੇ, ਇਹ ਕੁਛ ਐਗਜ਼ਾਮਪਲਸ ਨੇ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਦਾ ਖਿਆਲ ਰੱਖ ਸਕਦੇ ਹਾਂ। ਹੁਣ ਹਰ ਇੱਕ ਦੀ ਸੈਲਫ ਕੇਅਰ ਨਾ ਪਰਸਨਲ ਹੁੰਦੀ ਹੈ। ਹੁਣ ਅਸੀਂ ਕੀ ਕਰਨਾ ਹੈ, ਇੱਕ ਸਾਡਾ ਕਹਿ ਲਓ ਹੋਮਵਰਕ ਹੈਗਾ ਕਿ ਅਸੀਂ ਇਹਨਾਂ 6 ਸੈਲਫ ਕੇਅਰ ਦਾ ਇੱਕ ਟੇਬਲ ਬਣਾਉਣਾ, ਜਾਂ ਅਸੀਂ ਜਿਵੇਂ ਵੀਲ ਹੁੰਦਾ ਉਸ ਤਰ੍ਹਾਂ ਅਸੀਂ ਬਣਾ ਸਕਦੇ ਹਾਂ, ਅਤੇ ਅਸੀਂ ਆਪਣੇ ਵਾਸਤੇ ਸੈਲਫ ਕੇਅਰ ਕੀ ਹੈ ਅਸੀਂ ਉਹ ਲਿਖਣਾ ਹੈ ਕਿ ਅਸੀਂ ਰੋਜ਼ਾਨਾ ਇਹਨਾਂ 6 ਕੈਟੇਗਰੀਜ਼ ਵਿੱਚ ਆਪਣਾ ਖਿਆਲ ਕਿਵੇਂ ਰੱਖ ਸਕਦੇ ਹਾਂ। ਫਿਜ਼ੀਕਲੀ ਅਸੀਂ ਕੀ ਆਪਣਾ ਖਿਆਲ ਰੱਖ ਸਕਦੇ ਹਾਂ ਰੋਜ਼ਾਨਾ, ਠੀਕ ਹੈ, ਕੁਛ ਅੱਛਾ ਖਾਣਾ, ਫਰੂਟਸ ਖਾਣੇ, ਐਕਸਰਸਾਈਜ਼ ਕਰਨੀ, ਅਸੀਂ ਸਾਈਕੋਲੋਜੀਕਲੀ ਇਮੋਸ਼ਨਲੀ ਆਪਣੇ ਵੱਲ ਕਿੰਨਾ ਧਿਆਨ ਦੇ ਰਹੇ ਹਾਂ ਰੋਜ਼ਾਨਾ, ਠੀਕ ਹੈ, ਪ੍ਰੋਫੈਸ਼ਨਲੀ, ਪਰਸਨਲੀ ਅਤੇ ਸਪਿਰਿਚੁਅਲੀ ਅਸੀਂ ਆਪਣੇ ਆਪ ਵਾਸਤੇ ਰੋਜ਼ਾਨਾ ਕੀ ਕਰ ਰਹੇ ਹਾਂ, ਕਿੰਨਾ ਸਮਾਂ ਕੱਢ ਰਹੇ ਹਾਂ, ਅਸੀਂ ਉਹਦਾ ਇੱਕ ਟੇਬਲ ਬਣਾਉਣਾ ਹੈ ਆਪਣੇ ਵਾਸਤੇ, ਤਾਂ ਕਿ ਵੀ ਮੇਕ ਸ਼ੋਰ ਕਿ ਸਾਡੀ ਉਹ ਇੱਕ ਹੈਬਿਟ ਫੋਰਮ ਹੋ ਜਾਏ ਆਪਣਾ ਖਿਆਲ ਰੱਖਣ ਦੀ, ਤਾਂ ਕਿ ਜਦੋਂ ਸਾਡਾ ਘੜਾ ਭਰਿਆ ਹੋਏ ਤਾਂ ਹੀ ਅਸੀਂ ਫਿਰ ਵੰਡ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।